ਸਤਨਾਮ ਧੰਨ ਵਾਖੇ ਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਪੰਜਵਾਂ ਸੰਚ ਹਰ ਧਨ ਪੂਜ ਸਤਿਗੁਰ ਛੋੜ ਸਗਲ ਵੇਕਾਰ ਜਿਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮਨ ਨਾਮ ਏਕ ਅਪਾਰ ਪ੍ਰਾਨ ਮਨ ਤਨ ਜਿਨ ਹੈ ਦੀਆ ਹਿਰਦੈ ਕਾ ਆਧਾਰ ਰਹਾਉ ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ ਪਉ ਸੰਤ ਸ਼ਰਣੀ ਲਾਗ ਚਰਨੀ ਮਿਟੈ ਦੁਖ ਅੰਧਾਰ ਸਤ ਸੰਤੋਖ ਦਇਆ ਕਮਾਵੈ ਇਹ ਕਰਨੀ ਸਾਰ ਆਪ ਛੋੜ ਸਭ ਹੋਏ ਰੇਣਾ ਜਿਸ ਦੇ ਪ੍ਰਭ ਨਿਰੰਕਾਰ ਜੋ ਦਿਸੈ ਸੋ ਸਗਲ ਤੂੰ ਹੈ ਪਸਰਿਆ ਪਾਸਾਰ ਕਹੋ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ ਜੋ ਦਿਸੈ ਸੋ ਸਗਲ ਤੂੰ ਹੈ ਪਸਰਿਆ ਪਾਸਾਰ ਕਹੋ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ ਵਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ
ਪਾਵਨ ਪਵਿੱਤਰ ਗੋਦ ਅੰਦਰ ਬਿਰਾਜਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦਾ ਅੰਮ੍ਰਿਤ ਬਚਨ ਆਪ ਜੀ ਨੇ ਸਰਵਣ ਕੀਤਾ ਹੈ, ਜੋ ਅੱਜ ਵਿਚਾਰ ਅਧੀਨ ਹੈ। ਇਸ ਅੰਮ੍ਰਿਤ ਬਚਨ ਦਾ ਜੋ ਤੱਤ ਭਾਵ ਹੈ, ਹਜ਼ੂਰ ਨੇ ਇਸ ਪਵਿੱਤਰ ਸ਼ਬਦ ਵਿੱਚ ਪਹਿਲੀ ਗੱਲ ਤਾਂ ਮਨ ਨੂੰ ਇਹ ਸਮਝਾਈ ਹੈ, ਜਿਸ ਪਰਮਾਤਮਾ ਨੇ ਤੈਨੂੰ ਤਨ ਧਨ ਮਨ ਪ੍ਰਾਣ ਜਿੰਦ ਬਖਸ਼ਿਸ਼ ਕੀਤੀ ਹੈ, ਉਸ ਪਰਮਾਤਮਾ ਨੂੰ ਉਸ ਪ੍ਰਭੂ ਨੂੰ ਤੂੰ ਦਿਨ ਰਾਤ ਯਾਦ ਕਰ। ਫਿਰ ਇੱਕ ਨਾਲ ਹੋਰ ਗੱਲ ਜੋ ਆਰੰਭ ਵਿੱਚ ਕਹੀ, ਬਹੁਤ ਕੁਛ ਦੁਨੀਆ ਦਾ ਇਕੱਠਾ ਤੂੰ ਕੀਤਾ, ਪਰ ਅੱਗੇ ਵਾਸਤੇ ਤੋਸ਼ਾ, ਅੱਗੇ ਵਾਸਤੇ ਕੀ ਤੇਰੇ ਕੋਲ ਨਾਮ ਦਾ ਖਜ਼ਾਨਾ ਹੈ? ਇੱਕ ਤਾਂ ਨਾਮ ਧਨ ਇਕੱਤਰ ਕਰ, ਅਤੇ ਨਾਮ ਮਿਲੇਗਾ ਸਤਿਗੁਰੂ ਜੀ ਦੀ ਪੂਜਾ ਕਰਕੇ, ਗੁਰੂ ਨੂੰ ਮਨਾ ਕੇ। ਫਿਰ ਸਾਹਿਬ ਕਹਿੰਦੇ ਨੇ, ਜੇ ਨਾਮ ਧਨ ਇਕੱਠਾ ਕਰਨਾ ਅਤੇ ਅਰਦਾਸ ਕਰ, ਵਿਕਾਰ ਤੇਰਾ ਖਹਿੜਾ ਛੱਡ ਜਾ, ਸਤ ਸੰਤੋਖ ਦਇਆ ਨੂੰ ਆਪਣੀ ਜ਼ਿੰਦਗੀ ਵਿੱਚ ਕਮਾ, ਰੱਬੀ ਪਿਆਰੇ ਪਰਮਾਤਮਾ ਦੀ ਯਾਦ ਵਿੱਚ ਜੁੜੇ ਹੋਏ ਸੰਤ ਜਨਾਂ ਦੀ ਚਰਨੀ ਲੱਗ, ਅਤੇ ਵਾਹਿਗੁਰੂ ਕਿਰਪਾ ਕਰੇ ਕਿ ਤੈਨੂੰ ਹਰ ਪਾਸੇ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਦਾ ਪਸਾਰਾ ਹੀ ਨਜ਼ਰ ਆਵੇ। ਆਓ ਕਰੋ ਕਿਰਪਾਲਤਾ ਸਾਧ ਸੰਗਤ, ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ, ਆਪ ਕਿਰਪਾ ਕਰਕੇ ਵਿੱਚ ਵਰਤੋ ਔਰ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਹੀ ਕਿਰਪਾ ਕਰਕੇ ਕਰਾ ਲਵੋ। ਸਾਧ ਸੰਗਤ ਬਖਸ਼ੋ ਆਸੀਸ ਔਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੇ ਇਸ ਇਲਾਹੀ ਅੰਮ੍ਰਿਤ ਬਚਨ ਵਿੱਚ ਰਹਾਉ ਦੀਆਂ ਦੋ ਤੁਕਾਂ ਨੇ, ਜਪ ਮਨ ਨਾਮ ਏਕ ਆਪਾਰ, ਜਪ ਮਨ ਨਾਮ ਏਕ ਅਪਾਰ। ਇੱਕ ਉਸ ਪਰਮਾਤਮਾ ਦੇ ਨਾਮ ਨੂੰ ਜਪ, ਜਿਸ ਦਾ ਅਜੇ ਤੱਕ ਕਿਸੇ ਨੇ ਪਾਰ ਨਹੀਂ ਪਾਇਆ, ਅੰਤ ਨਹੀਂ ਪਾਇਆ। ਅਤੇ ਜੇ ਤੂੰ ਪੁੱਛੇ ਵੀ ਕਿਉਂ ਜਪਾਂ, ਤਾਂ ਸਾਹਿਬ ਕਿਰਪਾਲੂ ਜੀ ਕਹਿੰਦੇ ਨੇ, ਪ੍ਰਾਣ
ਤੇਰੇ ਸਰੀਰ ਵਿੱਚ ਜਿਹੜੇ ਪ੍ਰਾਣਾਂ ਦਾ ਸੰਚਾਰ ਹੈ ਇਹ ਪਰਮਾਤਮਾ ਦਾ ਦਿੱਤਾ ਹੈ। ਮਨ ਤਨ ਜਿਨ ਹੈ ਦੀਆ, ਜਿਸ ਪਰਮਾਤਮਾ ਨੇ ਦੇ ਤੈਨੂੰ ਪ੍ਰਾਣ ਦਿੱਤੇ, ਤੈਨੂੰ ਤਨ ਦਿੱਤਾ, ਤੈਨੂੰ ਮਨ ਦਿੱਤਾ, ਅਤੇ ਸਾਹਿਬ ਕਹਿੰਦੇ ਨੇ ਹਿਰਦੈ ਕਾ ਆਧਾਰ, ਜਿਹੜਾ ਪਰਮਾਤਮਾ ਤੇਰੇ ਅੰਦਰ ਦਾ ਆਧਾਰ, ਤੇਰੇ ਅੰਦਰ ਦਾ ਸਹਾਰਾ ਹੈ, ਤੂੰ ਉਸ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਇੱਕ ਨਾਮ ਨਾਲ ਜੁੜ ਜਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਦਾਤਾ ਜੀ ਨੇ ਕਈ ਵਾਰੀ ਸਾਨੂੰ ਪਰਮਾਤਮਾ ਦੀਆਂ ਮਿਲੀਆਂ ਹੋਈਆਂ ਦਾਤਾਂ ਦੀ ਗਿਣਤੀ ਕਰਾ ਕੇ ਕਿ ਸ਼ਾਇਦ ਇਹਨੂੰ ਅਹਿਸਾਸ ਹੋ ਜਾਏ ਇਸ ਦੇ ਮਨ ਦੇ ਕਿਸੇ ਵੀ ਨੁਕਰੇ ਇਹ ਜ਼ਮੀਰ ਇਹਦੀ ਜਾਗ ਪਵੇ ਕਿ ਆਖਰ ਜਿਸ ਪਰਮਾਤਮਾ ਨੇ ਇੰਨਾ ਕੁਝ ਦਿੱਤਾ ਹੈ ਉਸ ਪਰਿਪੂਰਨ ਪਰਮਾਤਮਾ ਦਾ ਮੈਂ ਸ਼ੁਕਰ ਕਰ ਸਕਾਂ। ਹਜ਼ੂਰ ਨੇ ਅੱਜ ਕਿਹਾ ਜਿਸ ਨੇ ਪ੍ਰਾਣ ਦਿੱਤਾ, ਤਨ ਦਿੱਤਾ, ਮਨ ਦਿੱਤਾ, ਤੇਰੇ ਅੰਦਰ ਦਾ ਆਧਾਰ ਹੀ ਉਹ ਹੈ। ਜਿਸ ਨੇ ਇੰਨੀਆਂ ਦਾਤਾਂ ਦਿੱਤੀਆਂ ਉਸ ਪਰਮਾਤਮਾ ਨੂੰ ਤੂੰ ਯਾਦ ਕਿਉਂ ਨਹੀਂ ਕਰਦਾ? ਆ ਸੰਸਾਰੀ ਤੌਰ 'ਤੇ ਵੀ ਜਦੋਂ ਕੋਈ ਇਨਸਾਨ ਕਿਸੇ ਕੀਤੇ ਹੋਏ ਨੂੰ, ਕਿਸੇ ਦੇ ਕੀਤੇ ਹੋਏ ਨੂੰ ਭੁੱਲ ਜਾਏ, ਅਹਿਸਾਨ ਫਰਮੋਸ਼ ਹੋ ਜਾਏ, ਅਕਿਰਤ ਕਣ ਬਣ ਜਾਏ, ਅਤੇ ਉਸ ਅਹਿਸਾਨ ਫਰਮੋਸ਼ ਨੂੰ, ਉਸ ਅਕਿਰਤ ਕਣ ਨੂੰ ਫਿਰ ਕਈ ਵਾਰੀ ਅੰਦਰ ਦੀ ਜੰਜੀ ਜ਼ਮੀਰ ਝੰਜੋੜਨ ਵਾਸਤੇ, ਉਹਦੇ ਅੰਦਰ ਨੂੰ ਜਗਾਉਣ ਵਾਸਤੇ ਕਿਹਾ ਜਾਂਦਾ, ਉਹ ਭਲਿਆ ਅੱਜ ਤੂੰ ਜਿਸ ਨਾਲ ਦੁਸ਼ਮਣੀ ਕਮਾਉਣ ਤੁਰਿਆ ਤੂੰ ਉਹ ਵੀ ਦਿਨ ਚੇਤੇ ਰੱਖ ਜਿਸ ਦਿਨ ਤੇਰਾ ਇਸ ਬੰਦੇ ਨੇ, ਇਸ ਪਰਿਵਾਰ ਨੇ, ਜਾਂ ਇਸ ਸਮਾਜ ਨੇ, ਜਾਂ ਇਹਨਾਂ ਲੋਕਾਂ ਨੇ ਤੇਰਾ ਇੰਨਾ ਭਲਾ ਕੀਤਾ। ਉਹ ਇਸ ਕਰਕੇ ਚੇਤੇ ਕਰਾਇਆ ਜਾਂਦਾ ਹੈ ਕਿ ਇਹਦੇ ਅੰਦਰ ਕਿਤੇ ਅਹਿਸਾਸ ਹੋ ਜਾਏ ਅਤੇ ਜਿਹੜੇ ਬੁਰੇ ਰਸਤੇ 'ਤੇ ਪਿਆ ਇਹ ਸਹੀ ਮਾਰਗ 'ਤੇ ਚੱਲ ਪਵੇ, ਤਾਂ ਹੀ ਚੇਤੇ ਕਰਾਇਆ ਜਾਂਦਾ ਤੇਰਾ ਆਹ ਕੁਛ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵਾਰ ਵਾਰ ਸਤਿਗੁਰੂ ਜੀ ਨੇ ਹਰ ਇੱਕ ਪ੍ਰਾਣੀ ਮਾਤਰ ਨੂੰ ਇਹ ਗੱਲ ਚੇਤੇ ਕਰਾਈ, ਯਾਦ ਕਰਾਈ ਕਿ ਭਲਿਆ ਅੱਜ ਜਿਸ ਪਰਮਾਤਮਾ ਨੂੰ ਤੂੰ ਭੁੱਲ ਚੁੱਕਾ ਹੈ ਆਹ ਮੈਂ ਤੈਨੂੰ ਦੱਸਾਂ ਉਹਦੇ ਕਿੰਨੇ ਕੁ ਅਹਿਸਾਨ ਤੇਰੇ 'ਤੇ ਨੇ। ਅਹਿਸਾਨ ਦੀ ਗੱਲ ਛੱਡ, ਤੂੰ ਜੇ ਟਿਕਿਆ ਤਾਂ ਧਰਤੀ 'ਤੇ ਕੇਵਲ ਵਾਹਿਗੁਰੂ ਜੀ ਦੀ ਕਿਰਪਾ ਨਾਲ, ਜੇ ਭੁੱਲ ਗਏ ਸਿਰਫ ਮੈਂ ਤੈਨੂੰ ਪਰਮਾਤਮਾ ਦੇ ਕੀਤੇ ਹੋਏ ਪਰਉਪਕਾਰ ਚੇਤੇ ਕਰਾਉਣਾ ਚਾਹੁੰਦਾ, ਸ਼ਾਇਦ ਉਹਦੇ ਪਰਉਪਕਾਰ ਚੇਤੇ ਕਰਕੇ ਤੇਰਾ ਪੱਥਰ ਮਨ ਕਿਤੇ ਪਿਘਲ ਜਾਏ। ਯਾਦ ਇਸ ਕਰਕੇ ਕਰਾਇਆ ਜਾਂਦਾ। ਹਜ਼ੂਰ ਦੀ ਬਾਣੀ ਵਿੱਚੋਂ ਕੁਛ ਪਰਮਾਨ ਨੇ, ਅੱਜ ਸਾਹਿਬ ਨੇ ਕਿਹਾ ਜਿਹਨੇ ਤੈਨੂੰ ਇੰਨਾ ਕੁਝ ਦਿੱਤਾ ਤੂੰ ਉਸ ਪਰਮਾਤਮਾ ਨੂੰ ਕਿਉਂ ਨਹੀਂ ਯਾਦ ਕਰਦਾ? ਗੁਰਮੁਖੋ, ਇਹਨੂੰ ਥੋੜ੍ਹਾ ਜਿਹਾ ਬਾਣੀ ਦੇ ਆਸਰੇ ਨਾਲ ਆਪਾਂ ਵਿਚਾਰਨਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ। ਜੈਤ ਸ੍ਰੀ ਕੀ ਵਾਰ ਵਿੱਚ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਦਾ ਇੱਕ ਸਲੋਕ ਔਰ ਪੌੜੀ ਦਰਜ ਹੈ। ਉਸ ਪੌੜੀ ਔਰ ਸਲੋਕ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਤੂੰ ਜਨਮ ਲਿਆ ਤੈਨੂੰ ਪਰਮਾਤਮਾ ਨੇ ਧਰਤੀ ਦਿੱਤੀ, ਤੂੰ ਜਨਮ ਲਿਆ ਪਰਮਾਤਮਾ ਨੇ ਤੈਨੂੰ 36 ਪ੍ਰਕਾਰ ਦੇ ਭੋਜਨ ਦਿੱਤੇ,
ਇਹ ਨਹੀਂ ਦੱਸਿਆ ਪਰਮਾਤਮਾ ਨੇ ਤੈਨੂੰ ਆਹ ਕੁਝ ਸੁੱਖ ਸਹੂਲਤਾਂ ਦਿੱਤੀਆਂ, ਸਿਰਫ ਗੁਰੂ ਜੀ ਨੇ ਇੰਨੀ ਕੁ ਗੱਲ ਯਾਦ ਕਰਾਈ ਕਿ ਜਦੋਂ ਤੇਰਾ ਵਜੂਦ ਨਹੀਂ ਸੀ, ਜਦੋਂ ਤੇਰੇ ਜ਼ਬਾਨ ਵਿੱਚ ਸ਼ਬਦਾਂ ਵਿੱਚ ਦਮ ਨਹੀਂ ਸੀ, ਜਦੋਂ ਤੇਰੇ ਕੋਲ ਕੰਨਾਂ ਦੀ ਸਰੋਤ ਨਹੀਂ, ਜਿਸ ਵੇਲੇ ਤੇਰੇ ਸਰੀਰ ਦੇ ਅੰਗ ਅਜੇ ਤਿਆਰ ਹੋ ਰਹੇ ਸਨ, ਬਸ ਇੰਨੀ ਗੱਲ ਚੇਤੇ ਰੱਖ, ਜਿਸ ਪਰਮਾਤਮਾ ਨੇ ਉਦੋਂ ਤੈਨੂੰ ਬਚਾਇਆ, ਜਨਮ ਲੈ ਕੇ ਉਸ ਪਰਮਾਤਮਾ ਦੇ ਕੀਤੇ ਹੋਏ ਪਰਉਪਕਾਰ ਤੂੰ ਕਿਉਂ ਭੁੱਲ ਗਿਆ ਹੈ? ਦੇਖੋ, ਉਹਦੇ ਵਿੱਚ ਧਨ ਦੀ ਗੱਲ ਨਹੀਂ ਕੀਤੀ। ਤਾਂ ਮੈਂ ਸ਼ਬਦ ਦੇ ਆਰੰਭ ਵਿੱਚ ਇਹ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਜਨਮ ਤੋਂ ਬਾਅਦ ਪਰਾਲਬਧ ਕਰਕੇ ਕਿਸੇ ਕੋਲ ਚਾਰ ਟੁਕੜੇ ਧਰਤੀ ਦੇ ਜ਼ਿਆਦਾ ਨੇ, ਕਿਸੇ ਬੰਦੇ ਦੇ ਕੋਲ ਚਾਰ ਟੁਕੜੇ ਧਰਤੀ ਦੇ ਘੱਟ ਨੇ, ਕਿਸੇ ਦੇ ਘਰ ਵਿੱਚ ਚਾਰ ਮਣ ਦਾਣੇ ਨੇ, ਕੋਈ 2-4 ਹਜ਼ਾਰ ਰੁਪਈਆ ਹੈ। ਅਸੀਂ ਇਹ ਕਹਿ ਸਕਾਂਗੇ ਕਿ ਦੇਖੋ, ਪਰਮਾਤਮਾ ਨੇ ਮੇਰੇ ਗੁਆਂਢੀ ਨੂੰ ਇੰਨਾ ਦਿੱਤਾ, ਮੈਨੂੰ ਕਿਉਂ ਨਹੀਂ ਦਿੱਤਾ? ਮੇਰੇ ਨਾਲ ਦੀ ਦੁਕਾਨ 'ਤੇ ਇਤਨਾ ਕੰਮ ਮੇਰਾ ਕਿਉਂ ਨਹੀਂ? ਮੇਰੇ ਨਾਲ ਦੇ ਖੇਤਾਂ ਵਾਲੇ ਦੀ ਫਸਲ ਇਤਨੀ ਮੇਰੀ ਕਿਉਂ ਨਹੀਂ ਨਿਕਲਦੀ? ਜਨਮ ਤੋਂ ਬਾਅਦ ਅਸੀਂ ਤਰਕ ਕਟਾਕਸ਼ ਕਰ ਸਕਦੇ ਹਾਂ ਅਤੇ ਲੋਕ ਕਰਦੇ ਨੇ, ਹਾਲਾਂਕਿ ਸਾਨੂੰ ਇਹ ਪਤਾ ਨਹੀਂ ਕਿ ਇਹ ਤਾਂ ਪਰਮਾਤਮਾ ਦੇ ਆਪਣੇ ਚੋਜ ਨੇ, ਉਹਦੀ ਆਪਣੀ ਮਰਜ਼ੀ ਹੈ। ਕਾਹੂੰ ਦੀਨੇ ਪਾਟ ਪਟੰਬਰ, ਕਾਹੂੰ ਪਲੰਗ ਨਿਵਾਰਾ, ਉਹਦੀ ਆਪਣੀ ਮਰਜ਼ੀ ਆਈ। ਕਿਸੇ ਨੂੰ ਰੇਸ਼ਮੀ ਬਸਤਰ ਅਤੇ ਕੀਮਤੀ ਨਿਵਾਰੀ ਪਲੰਗ ਦੇ ਦਿੱਤੇ, ਕਿਸੇ ਦੇ ਕੋਲ ਇਤਨੇ ਕੀਮਤੀ ਬਸਤਰ ਨੇ ਕਿ ਗਰੀਬ ਬੰਦੇ ਦੇ ਬੱਚਿਆਂ ਦੀ ਸਾਰੀ ਜ਼ਿੰਦਗੀ ਦੇ ਕੱਪੜੇ ਖਰੀਦੇ ਜਾ ਸਕਦੇ ਨੇ, ਅਤੇ ਇੱਕ ਐਸਾ ਜਿਹਦੇ ਕੋਲ ਇੱਕ ਸਰਦੀ ਕੱਢਣ ਵਾਸਤੇ ਵੀ ਕੱਪੜਾ ਨੇ, ਤਨ ਢੱਕਣ ਨੂੰ ਬਸਤਰ ਨੇ। ਇਹ ਪਰਮਾਤਮਾ ਦੇ ਆਪਣੇ ਚੋਜ ਨੇ, ਆਪਣੀ ਖੇਡ ਹੈ। ਕਾਹੂੰ ਦੀਨੇ ਪਾਟ ਪਟੰਬਰ, ਕਾਹੂੰ ਪਲੰਗ ਨਿਵਾਰਾ, ਕਾਹੂੰ ਗਰੀ ਗੋਦਰੀ ਨਾਹੀਂ, ਕਾਹੂੰ ਖਾਨ ਪਰਾਰਾ। ਕਿਸੇ ਨੂੰ ਪਾਟੀ ਗੋਦੜੀ ਵੀ ਨਸੀਬ ਨਹੀਂ, ਕਿਸੇ ਨੂੰ ਕੀਮਤੀ ਬਸਤਰ ਨੇ, ਕੋਈ ਨਵਾਰੀ ਪਲੰਗਾਂ 'ਤੇ ਸੌਂਦਾ ਹੈ, ਅਤੇ ਕੋਈ ਉਸੇ ਰੱਬ ਦਾ ਬਣਾਇਆ ਹੋਇਆ ਇਨਸਾਨ ਕੱਖਾਂ ਨੂੰ ਲੈ ਕੇ ਜ਼ਮੀਨ 'ਤੇ ਪਰਾਲੀ ਵਿਛਾ ਕੇ ਉਹਦੀ ਸੇਜ ਬਣਾ ਕੇ ਸੁੱਤਾ ਪਿਆ ਹੈ। ਹੁਣ ਪਰਾਲੀ ਵਾਲਾ ਇਹ ਤਾਂ ਤਰਕ ਕਰ ਸਕਦਾ ਹੈ ਕਿ ਦੇਖੋ, ਪਰਮਾਤਮਾ ਨੇ ਉਹਨੂੰ ਇੰਨਾ ਕੁਝ ਦਿੱਤਾ, ਮੈਨੂੰ ਕਿਉਂ ਨਾ ਦਿੱਤਾ? ਪਰ ਜਿੱਥੋਂ ਸ਼ੁਰੂਆਤ ਗੁਰੂ ਅਰਜਨ ਸਾਹਿਬ ਕਰਦੇ ਨੇ ਨਾ, ਉੱਥੇ ਅਮੀਰ ਅਤੇ ਗਰੀਬ ਦੋਨੋਂ ਇੱਕੋ ਨੇ। ਮੇਰੀ ਬੇਨਤੀ ਸਮਝਿਓ, ਜਨਮ ਤੋਂ ਅਸੀਂ ਕਹਿ ਸਕਦੇ ਹਾਂ ਕਿ ਇਸ ਨੂੰ ਆਹ ਕੁਛ ਮਿਲਿਆ, ਇਹਨੂੰ ਆਹ ਕੁਛ ਮਿਲਿਆ, ਪਰ ਪਿਆਰਿਓ, ਜਨਮ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਰਮਾਤਮਾ ਨੇ ਇੱਕੋ ਜਿਹੀ ਰੱਖਿਆ ਦਿੱਤੀ, ਇੱਕੋ ਜਿਹੀ ਕਿਰਪਾ ਕੀਤੀ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਇਹ ਇਨਸਾਨ ਤੂੰ ਉਸ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਜੀ ਦੇ ਉਸ ਪਰਉਪਕਾਰ ਨੂੰ ਚੇਤੇ ਕਰ, ਜਦੋਂ ਤੇਰੇ ਪ੍ਰਾਣ, ਜਦੋਂ ਤੇਰੀ ਜਿੰਦ, ਜਦੋਂ ਤੇਰਾ ਤਨ, ਜਦੋਂ ਤੇਰਾ ਮਨ, ਜਿਸ ਵੇਲੇ ਤੇਰਾ ਵਜੂਦ ਜਿਹੜਾ ਇਹ ਵਿਕਾਸ ਪਿਆ ਕਰਦਾ ਸੀ, ਕੀ ਅਮੀਰ ਦੇ ਘਰ ਵਿੱਚ ਪੈਦਾ ਹੋਇਆ ਬੱਚਾ ਉਹਦੇ ਸਰੀਰ ਦੀ ਬਣਤਰ, ਅਤੇ ਇੱਕ ਮੰਗਤੇ ਦੇ ਘਰ ਵਿੱਚ ਪੈਦਾ ਹੋਇਆ ਬੱਚਾ ਉਹਦੇ ਸਰੀਰ ਦੀ ਬਣਤਰ ਵਿੱਚ ਕੋਈ ਫਰਕ ਹੈ? ਦੋਨਾਂ ਦੀ ਬਣਤਰ ਮਾਤਾ ਦੇ ਉਦਰ ਵਿੱਚ ਜੋ ਪਰਮਾਤਮਾ ਨੇ ਆਪਣੀ ਖੇਡ ਰਚੀ ਹੈ, ਇੱਕੋ ਜਿਹਾ ਵਿਕਾਸ ਹੋ ਰਿਹਾ। ਹਾਂ, ਇਹ ਗੱਲ ਵੱਖਰੀ, ਕਈ ਵਾਰੀ ਕਰੋੜਾਂ ਵਿੱਚੋਂ ਕੋਈ ਘਟਨਾ ਵਾਪਰਦੀ ਹੈ, ਸਰੀਰਕ ਅੰਗਾਂ ਵਿੱਚ ਨੁਕਸ ਹੋਵੇ, ਪਰ ਆਮ ਤੌਰ 'ਤੇ ਸਭ ਦੀ ਪਰਮਾਤਮਾ ਇੱਕੋ ਜਿਹੀ ਪਰਵਰਿਸ਼ ਕਰਦਾ ਪਿਆ।
ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਕਿ ਜਨਮ ਤੋਂ ਬਾਅਦ ਨਹੀਂ, ਤੂੰ ਜਨਮ ਤੋਂ ਪਹਿਲਾਂ ਚੇਤੇ ਕਰ ਪਰਮਾਤਮਾ ਨੇ ਤੇਰੇ 'ਤੇ ਕਿੰਨੀ ਕੁ ਕਿਰਪਾ ਕੀਤੀ। ਅੱਜ ਸ਼ਬਦ ਦੀ ਰਹਾਓ ਦੀ ਤੁੱਕ ਇਹ ਹੈ ਕਿ ਜਿਸ ਨੇ ਪ੍ਰਾਣ ਤਨ ਮਨ ਧਨ ਤੈਨੂੰ ਦਿੱਤਾ। ਦਾਤਾ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਰਚੰਤ ਜੀ ਰਚਨਾ, ਇੱਥੋਂ ਸ਼ੁਰੂ ਕਰਦੇ ਨੇ। ਮਾਤ ਗਰਭ ਅਸਥਾਪਨ ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨੰਗ, ਅਤੇ ਇੱਥੇ ਸਿਰਫ ਰਚੰਤ ਜੀ ਰਚਨਾ ਅਤੇ ਮਾਤ ਗਰਭ ਦੋਨਾਂ ਦੀ ਗੱਲ ਕੀਤੀ। ਨਾ ਤਾਂ ਇੱਥੇ ਅਮੀਰ ਸ਼ਬਦ ਆਇਆ, ਨਾ ਗਰੀਬ ਸ਼ਬਦ ਆਇਆ, ਨਾ ਇੱਥੇ ਹਿੰਦੂ, ਨਾ ਮੁਸਲਮਾਨ, ਨਾ ਈਸਾਈ, ਨਾ ਮੁਸਾਈ, ਨਾ ਸਿੱਖ, ਨਾ ਜੈਨੀ, ਨਾ ਬੋਧੀ। ਸਿਰਫ ਇੱਕ ਇਹ ਸਰਬ ਵਿਆਪਕ ਸੱਚਾਈ ਦ੍ਰਿੜ ਕਰਾਈ ਕਿ ਇਨਸਾਨ ਦੇਖ, ਪਰਮਾਤਮਾ ਦੇ ਮਾਤਾ ਦੇ ਉਦਰ ਵਿੱਚ ਤੇਰਾ ਵਿਕਾਸ ਕਿਵੇਂ ਸ਼ੁਰੂ ਕੀਤਾ। ਤੂੰ ਘੱਟੋ ਘੱਟ ਉਹਨਾਂ ਦਿਨਾਂ ਨੂੰ ਚੇਤੇ ਕਰਕੇ ਰੱਬ ਦਾ ਨਾਮ ਜਪ ਲੈ। ਸ਼ੁਰੂ ਕਰਦੇ ਨੇ ਰਚੰਤ ਜੀ ਰਚਨਾ, ਮਾਤਾ ਦੇ ਉਦਰ ਵਿੱਚ ਜੀਵ, ਪਰਮਾਤਮਾ ਨੇ ਤੇਰੀ ਰਚਨਾ ਕੀਤੀ। ਮਾਤ ਗਰਭ ਅਸਥਾਪਨੰਗ, ਮਾਤਾ ਦੇ ਉਦਰ ਵਿੱਚ ਤੇਰੀ ਅਸਥਾਪਨਾ ਕੀਤੀ, ਤੈਨੂੰ ਬਣਾਉਣ ਲੱਗਾ। ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨੰਗ, ਸਾਸ ਸਾਸ ਸਿਮਰੰਤ ਨਾਨਕ, ਮਹਾ ਅਗਨ ਨਾ ਬਿਨਾਸਨ। ਸਾਸ ਸਾਸ, ਇਹਦਾ ਮਤਲਬ ਜਦੋਂ ਇਸ ਬੰਦੇ ਦੇ ਅੰਦਰ ਦੀ ਧੜਕਣ ਸ਼ੁਰੂ ਹੋਈ, ਬੰਨਾ ਸ਼ੁਰੂ ਹੋਇਆ ਇਹਦਾ ਵਜੂਦ, ਉਸੇ ਵੇਲੇ ਇਹਦੀ ਸ਼ੁਰੂਆਤ ਪਰਮਾਤਮਾ ਦੇ ਸਿਮਰਨ ਤੋਂ ਸੀ, ਪਰਮਾਤਮਾ ਦੀ ਯਾਦ ਤੋਂ ਸੀ, ਵਾਹਿਗੁਰੂ ਜੀ ਦੇ ਚਿੰਤਨ ਤੋਂ ਸੀ। ਅਤੇ ਇੱਕ ਦਿਨ ਮੈਂ ਅਰਜ਼ ਕੀਤੀ ਸੀ ਕਿ ਅਸੀਂ ਇਹ ਪੁੱਛਾਂਗੇ ਵੀ ਦੇਖੋ, ਬਾਹਰ ਜਨਮ ਲਿਆ ਤਾਂ ਅਸੀਂ ਕਹਿੰਦੇ ਹਾਂ ਵੀ ਤੁਸੀਂ ਵਾਹਿਗੁਰੂ ਗੁਰਮੰਤਰ ਜਪੋ। ਹਿੰਦੂ ਵੀਰ ਕੋਈ ਓਮ ਸ਼ਬਦ ਹੈ ਜਪਦਾ, ਕੋਈ ਰਾਮ ਸ਼ਬਦ ਹੈ ਜਪਦਾ, ਕੋਈ ਗੋਪਾਲ ਜਪਦਾ, ਮੁਸਲਮਾਨ ਵੀਰ ਅੱਲਾ ਹੂ ਦੀ ਉੱਚੀ ਸੱਦ ਲਾਉਂਦੇ ਨੇ ਨਮਾਜ਼ ਵਿੱਚ, ਉਹ ਪਰਮਾਤਮਾ ਦਾ ਵਿਰਧ, ਪਰਮਾਤਮਾ ਨੂੰ ਯਾਦ ਕਰਦੇ ਨੇ। ਪਰ ਇਹਦੇ ਵਿੱਚ ਇੱਕ ਪ੍ਰਸ਼ਨ ਹੈ ਕਿ ਜਦੋਂ ਬੰਦੇ ਦੇ ਜ਼ਬਾਨ ਵਿੱਚ ਬੋਲ ਨਹੀਂ, ਅਜੇ ਉਹ ਬਣਦਾ ਪਿਆ, ਅਤੇ ਗੁਰੂ ਜੀ ਕਹਿੰਦੇ ਨੇ ਸਾਸ ਸਾਸ ਤੂੰ ਜਪਣਾ, ਉਹ ਕਿਹੜਾ ਨਾਮ ਸੀ ਜਿਹਨੂੰ ਉਹ ਜੀਵ ਜਪਦਾ ਪਿਆ ਸੀ? ਆਖਰ ਉੱਥੇ ਨਾ ਤਾਂ ਕੋਈ ਬਾਹਰ ਦਾ ਮੰਤਰ ਦੇਣ ਵਾਲਾ, ਨਾ ਕੋਈ ਬਾਹਰ ਦੀ ਦੀਕਸ਼ਾ ਦੇਣ ਵਾਲਾ, ਉਹ ਕਿਹੜੀ ਚੀਜ਼ ਸੀ ਕਿ ਜਿਹਨੂੰ ਬਾਬਾ ਜੀ ਨੇ ਕਿਹਾ ਕਿ ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨੰਗ, ਸਾਸ ਸਾਸ ਸਿਮਰੰਤ ਨਾਨਕ, ਮਹਾ ਅਗਨ ਨਾ ਬਿਨਾਸ਼ਨ, ਤੈਨੂੰ ਮਹਾ ਅਗਨੀ ਨੇ ਨਹੀਂ ਸਾੜਿਆ। ਪਿਆਰਿਓ, ਅਸਲ ਵਿੱਚ ਉੱਥੇ ਅੱਖਰਾਂ ਦੇ ਸ਼ਬਦ ਨਹੀਂ, ਅੱਖਰਾਂ ਦੇ ਸੁਮੇਲ ਦਾ ਜਾਪ ਨਹੀਂ। ਫਿਰ ਮੇਰੀ ਬੇਨਤੀ ਸਮਝਿਓ, ਸਾਨੂੰ ਜਨਮ ਤੋਂ ਬਾਅਦ ਜਿਹੜੇ ਅੱਖਰ ਚੇਤੇ ਕਰਾਏ ਜਾਂਦੇ ਨੇ, ਉਹ ਅੱਖਰੀ ਨਾਮ ਇਸ ਕਰਕੇ ਦਿੱਤਾ ਜਾਂਦਾ ਹੈ, ਇਹ ਉਸ ਨਾਮ ਨਾਲ ਜੁੜ ਜਾਏ ਜਿੱਥੇ ਅੱਖਰਾਂ ਤੋਂ ਬਿਨਾਂ ਇਹਦੀ ਲਿਵ ਜੁੜੀ ਸੀ। ਹਕੀਕਤ ਵਿੱਚ ਉੱਥੇ ਅੱਖਰ ਨਹੀਂ, ਉੱਥੇ ਉਹ ਧੜਕਣ, ਜਾਂ ਉਸ ਗੁਰਮੁਖ ਨੂੰ ਪੁੱਛ ਕੇ ਦੇਖੋ ਜਿਹੜੇ ਬਾਣੀ ਵਿੱਚ ਕਹਿੰਦੇ ਨੇ ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੈ ਪਛਾਨੀ। ਉੱਥੇ ਇਹ ਬੂੰਦ ਇਉਂ ਕਹਿ ਲਓ ਸਾਗਰ ਵਿੱਚ ਲੀਨ ਸੀ। ਅਸਲ ਵਿੱਚ
ਉੱਥੇ ਉਹ ਕੋਈ ਅੱਖਰੀ ਜਾਪ ਨਹੀਂ, ਉਹ ਅੰਦਰ ਦੀ ਧੜਕਣ, ਉਹ ਲਿਵ। ਅੱਜ ਵੀ ਆਪ ਜੀ ਦੇਖਦੇ ਹੋ, ਮੇਰੀ ਬੇਨਤੀ ਸੁਣਿਓ, ਕਿ ਜਦੋਂ ਕੋਈ ਅੱਖਰਾਂ ਨੂੰ ਜਪ ਜਪ ਕੇ, ਅੱਖਰੀ ਨਾਮ ਨੂੰ ਦਿਨ ਰਾਤ ਚੇਤੇ ਕਰ ਕਰਕੇ ਐਨ ਮੁਕੰਮਲ ਉਸ ਮੰਜ਼ਿਲ ਤੱਕ ਪਹੁੰਚਦਾ ਹੈ, ਉਸ ਮੰਜ਼ਿਲ 'ਤੇ ਜਾ ਕੇ ਉਹਦੇ ਅੱਖਰ ਖਤਮ ਨੇ, ਸਿਰਫ ਉਸ ਸੁੰਨ ਸਮਾਧੀ ਵਿੱਚ ਜਾ ਜੁੜਦਾ ਹੈ ਜਿੱਥੇ ਅੱਖਰ ਵੀ ਨਹੀਂ ਰਹਿੰਦੇ। ਜਿਹੜੀ ਅੱਖਰ ਜਪ ਕੇ ਸੁੰਨ ਹੁਣ ਮਿਲਦਾ, ਸੱਚ ਜਾਣੋ ਮਾਤਾ ਦੇ ਉਧਰ ਵਿੱਚ ਵੀ ਉਹ ਸੁੰਨ ਸਮਾਧੀ ਹੀ ਸੀ। ਉਹਨੂੰ ਸਵਾਸ ਸਵਾਸ ਸਿਮਰਨ ਕਿਹਾ ਗੁਰੂ ਜੀ ਨੇ। ਸਿਰਫ ਮੇਰੀ ਬੇਨਤੀ ਇੰਨੀ ਕੁ ਹੈ ਕਿ ਅਸੀਂ ਜਨਮ ਤੋਂ ਬਾਅਦ 'ਤੇ ਕਹਾਂਗੇ ਕਿ ਪਰਮਾਤਮਾ ਨੇ ਮੈਨੂੰ ਕੰਮ ਦਿੱਤਾ, ਇਹਨੂੰ ਜ਼ਿਆਦਾ ਦਿੱਤਾ, ਇਹਨੂੰ ਸੁੰਦਰਤਾ ਦਿੱਤੀ, ਮੇਰੇ ਸਰੀਰ ਨੂੰ ਇੰਨਾ ਖੁਸ਼ੀਨਤਾ ਨਹੀਂ ਦਿੱਤੀ, ਇਸ ਦੀ ਔਲਾਦ ਪਰਮਾਤਮਾ ਨੇ ਲਾਇਕ ਬਣਾਈ, ਮੇਰੀ ਨਲਾਇਕ ਹੈ। ਇਹ ਅਸੀਂ ਸ਼ਬਦ ਕਹਾਂਗੇ। ਪਰ ਪਿਆਰਿਓ, ਮਾਤਾ ਦੇ ਉਧਰ ਵਿੱਚ ਉੱਥੇ ਤਾਂ ਸਾਰਿਆਂ ਨੂੰ ਇੱਕੋ ਜਿਹੀਆਂ ਪਰਮਾਤਮਾ ਦਾਤਾ ਪਿਆ ਦਿੰਦਾ ਹੈ। ਸਾਹਿਬ ਕਹਿ ਰਹੇ ਨੇ, ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰਗ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸ਼ਨੰਗ। ਸਾਹਿਬ ਕਹਿਣ ਲੱਗੇ, ਮਹਾ ਅਗਨ ਤੈਨੂੰ ਸਾੜਦੀ ਨਹੀਂ। ਨਾਲ ਬਚਨ ਕੀਤਾ, ਮੁੱਖ ਤਲੈ ਜਿਸ ਨੇ ਤੈਨੂੰ ਪ੍ਰਾਣ ਦਿੱਤੇ, ਸਰੀਰ ਬਣਾਇਆ ਤੇਰਾ, ਮੁੱਖ ਤਲੈ ਪੈਰ ਉਪਰੇ ਵਸੰਦੋ ਕਹੁ ਥੜੈ ਥਾਏ ਨਾਨਕ ਸੋ ਧਨੀ ਕਿਉਂ ਵਿਸਾਰਿਓ। ਹੇ ਮਨਾ, ਉਸ ਪਰਮਾਤਮਾ ਨੂੰ ਜਪ। ਧਨੀ ਦਾ ਅਖਰੀ ਅਰਥ ਹੈ ਮਾਲਕ, ਖਸਮ ਸਾਈਂ, ਉਸ ਪਰਮਾਤਮਾ ਮਾਲਕ ਨੂੰ ਤੂੰ ਕਿਉਂ ਭੁਲਾ ਦਿੱਤਾ। ਉਧਰ ਹੈ ਜਿਸ ਦੇ ਨਾਏ, ਜਿਸ ਪਰਮਾਤਮਾ ਦੇ ਨਾਮ ਕਰਕੇ ਤੂੰ ਉਸ ਅਗਨ ਵਿੱਚੋਂ ਬਚਿਆ। ਇਹ ਹੈ ਸਲੋਕ, ਅਤੇ ਸਲੋਕ ਦੇ ਨਾਲ ਹਜ਼ੂਰ ਨੇ ਅੰਮ੍ਰਿਤ ਪੌੜੀ ਵੀ ਦਰਜ ਕੀਤੀ ਹੈ। ਅਤੇ ਅਕਸਰ ਜਦੋਂ ਆਪ ਜੀ ਜੈਤ ਸ਼੍ਰੀ ਕੀ ਵਾਰ ਪੜ੍ਹਦੇ ਹੋ ਨਾ, ਅਤੇ ਇਹਦਾ ਸਰਲੇਖ ਵੀ ਇਵੇਂ ਵਾਰ ਸਲੋਕਾਂ ਨਾਲ, ਸਲੋਕ ਵੀ ਗੁਰੂ ਅਰਜਨ ਦੇਵ ਜੀ ਦੇ ਨੇ ਔਰ ਪੌੜੀਆਂ ਵੀ ਧੰਨ ਗੁਰੂ ਅਰਜਨ ਸਾਹਿਬ ਜੀ ਦੀਆਂ ਨੇ। ਹਾਂ, ਕਿ ਜਿਹੜਾ ਸਲੋਕ ਵਿੱਚ ਹਜ਼ੂਰ ਨੇ ਸਿਧਾਂਤ ਦਿੱਤਾ ਹੈ, ਉਹੀ ਕਿਰਪਾ ਕਰਕੇ ਫਿਰ ਪੌੜੀ ਵਿੱਚ ਦਿੱਤਾ। ਜੋ ਸਲੋਕ ਵਿੱਚ ਕਿਹਾ ਉਹਦੀ ਵਿਆਖਿਆ ਪੌੜੀ ਵਿੱਚ ਕੀਤੀ। ਸਲੋਕ ਕਿਹਾ ਕਿ ਪਿਆਰੇ, ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰਗ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨਾ ਬਿਨਾਸਨੰਗ ਮੁੱਖ ਤਲੈ ਪੈਰ ਉਪਰੈ ਵਸੰਦੋ ਕੋਥੜੈ ਥਾਏ ਨਾਨਕ ਸੋ ਧਨੀ ਕਿਉਂ ਵਿਸਾਰਿਓ ਉਧਰੈ ਜਿਸ ਦੈ ਨਾਹੀ। ਅੱਗੇ ਹੈ ਪੌੜੀ, ਕਹਿਣ ਲੱਗੇ, ਰਖਤ ਬਿੰਦ ਕਰ ਨਿਮਿਆ ਅਗਨ ਉਧਰ ਮਝਾਰ ਉਰਦ ਮੁੱਖ ਕੁਚੀਲ ਬਿਕਲ ਨਰਕ ਘੋਰ ਗੁਬਾਰ ਹਰ ਸਿਮਰਤ ਤੂੰ ਨਾ ਜਲੈ ਮਨ ਤਨ ਉਰਧਾਰ। ਹਜ਼ੂਰ ਕਹਿੰਦੇ ਨੇ, ਬਿਖਮ ਥਾਨੋ ਜਿਸ ਰੱਖਿਆ ਤਿਸ ਤਿਲ ਨਾ ਵਿਸਾਹ। ਸਿਰਫ ਚੇਤੇ ਕਰਾਇਆ। ਸਾਹਿਬ ਕਹਿੰਦੇ ਨੇ, ਰਕਤ ਬਿੰਦ ਕਰ ਨਿਮਿਆ ਅਗਨ ਉਧਰ ਮਾਝਾਰ ਉਰਦ ਮੁੱਖ ਕੁਚੀਲ ਬਿਕਲ ਨਰਕ ਘੋਰ ਗੁਬਾਰ। ਪਰ ਉਸ ਕੁਚੀਲ ਜਗ੍ਹਾ 'ਤੇ, ਉਸ ਬਿਖਮ ਥਾਂ 'ਤੇ ਹਰ ਸਿਮਰਤ ਤੂੰ ਨਾ ਜਲੈ ਮਨ ਤਨ ਉਰਧਾਰ। ਉੱਥੇ ਤੂੰ ਸਿਮਰਨ ਕੀਤਾ ਸੜਿਆ ਨਾ, ਅਤੇ ਉਸ ਪਰਮਾਤਮਾ ਨੇ ਜੇ ਤਨ ਬਣਾਉਂਦਿਆਂ, ਮਨ ਬਣਾਉਂਦਿਆਂ, ਪ੍ਰਾਣ ਚਲਾਉਂਦਿਆਂ, ਸਰੀਰ ਦੇ ਅੰਗ ਬਣਾਉਂਦਿਆਂ
ਤੈਨੂੰ ਅੱਗ ਵਿੱਚ ਸੜਨ ਨਹੀਂ ਦਿੱਤਾ, ਉਦੋਂ ਤਿਲ ਜਿਤਨਾ ਸਮਾਂ ਰੱਬ ਭੁੱਲਿਆ ਨਾ, ਅਤੇ ਜਨਮ ਲੈਣ ਤੋਂ ਬਾਅਦ ਤਿਲ ਜਿਤਨਾ ਸਮਾਂ ਰੱਬ ਨੂੰ ਚੇਤੇ ਨਾ ਕੀਤਾ। ਫਿਰ ਬੇਨਤੀ ਸੁਣਿਓ ਕਿ ਉਦੋਂ ਤਿਲ ਜਿਤਨਾ ਭੁੱਲਿਆ ਨਹੀਂ, ਹੁਣ ਤਿਲ ਜਿੰਨਾ ਪਰਮਾਤਮਾ ਚੇਤੇ ਨਹੀਂ ਰਹਿੰਦਾ। ਸਾਹਿਬ ਕਹਿੰਦੇ ਨੇ ਬਿਖਮ ਥਾਨੋਂ ਜਿਸ ਰੱਖਿਆ ਤਿਸ ਤਿਲ ਨਾ ਵਿਸਾਰ, ਉਹਨੂੰ ਇੱਕ ਖਿੰਨ ਵੀ ਭੁਲਾ ਨਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਅਸੀਂ ਅੰਮ੍ਰਿਤ ਰਚਨਾ ਪੜ੍ਹਨੇ ਹਾਂ, ਅਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਛਾਂ ਥੱਲੇ ਆਪਣੇ ਅੰਮ੍ਰਿਤ ਬਚਨ ਕਹੇ। ਭਾਵੇਂ ਅਸੀਂ ਭਾਈ ਸਾਹਿਬ ਜੀ ਦੀ ਰਚਨਾ ਨੂੰ ਆਮ ਬੋਲੀ ਵਿੱਚ ਕਹਿੰਦੇ ਹਾਂ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕੁੰਜੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਇਸ ਗੱਲ ਨੂੰ ਚੇਤੇ ਰੱਖੀਓ ਕਿ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਭਾਈ ਸਾਹਿਬ ਨੇ ਆਪਣੀ ਰਚਨਾ ਵਿੱਚ ਨਹੀਂ ਕੀਤੀ। ਹਾਂ, ਇੱਥੇ ਇੱਕ ਹਰਬੰਸ਼ ਤਪਾ ਜੀ ਹੋਏ ਨੇ, ਧੰਨ ਗੁਰੂ ਅਰਜਨ ਸਾਹਿਬ ਦੇ ਸਿੱਖ ਹੋਏ ਨੇ। ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਬੜੀ ਕਿਰਪਾ ਇਹਨਾਂ ਨੇ ਮਾਣੀ। ਹਰਬੰਸ਼ ਤਪਾ ਧੰਨ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਆਇਆ ਅਤੇ ਉਹਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਿ ਆਹ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਸਿੱਖ ਪੌੜੀਆਂ ਪੜ੍ਹਦੇ ਨੇ, ਕਵਿਤ ਪੜ੍ਹਦੇ ਨੇ, ਉਹਨਾਂ ਦੇ ਸਵੱਈਏ ਪੜ੍ਹਦੇ ਨੇ, ਇਹ ਕਿਰਪਾ ਕਰਕੇ ਦੱਸੋ। ਉਸ ਵੇਲੇ ਕਿਉਂਕਿ ਮੀਣੇ ਵੀ ਬਾਣੀ ਉਚਾਰਦੇ ਪਏ ਸਨ ਪਿਰਥੀਏ ਦੀ ਸੰਤਾਨ ਵਿੱਚੋਂ, ਬਾਬਾ ਮਿਹਰਮਾਨ ਵੀ ਬਾਣੀ ਰਚ ਰਿਹਾ ਸੀ, ਅਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਕੱਚੀ ਬਾਣੀ ਕਹਿ ਕੇ ਸ਼ਬਦ ਕਹਿ, ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ, ਗੁਰੂ ਦੀ ਰੀਸ ਕਰਕੇ ਜਿਹੜਾ ਕੱਚ। ਅੱਜ ਵੀ ਕੱਚੀ ਬਾਣੀ ਜਦੋਂ ਅਸੀਂ ਗੱਲ ਚਲਾਉਂਦੇ ਹਾਂ, ਸੱਚ ਜਾਣੋ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਰੀਸ ਕਰਕੇ ਆਪਣਾ ਕੋਈ ਵਿਚਾਰ, ਆਪਣੀ ਕੋਈ ਰਚਨਾ ਪ੍ਰਚਾਰ ਨਹੀਂ ਚਾਹੁੰਦਾ, ਹਕੀਕਤ ਵੇ ਸਿੱਖ ਦੀ ਨਜ਼ਰ ਵਿੱਚ ਉਹਦੇ ਅੰਦਰ ਕਚਿਆਈ ਹੈ, ਕੱਚਾਪਣ ਹੈ। ਹੁਣ ਉੱਥੇ ਅੱਜ ਵੀ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਕਿ ਭਾਈ ਸਾਹਿਬ ਦੀ ਰਚਨਾ ਪੜ੍ਹੀ ਜਾਂਦੀ ਹੈ, ਅਤੇ ਇੱਕ ਸੱਜਣ ਨੇ ਕਿਹਾ ਵੀ ਮੈਨੂੰ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਕਿਉਂ ਭਾਈ ਸਾਹਿਬ ਦੀ ਰਚਨਾ ਦੇ ਪ੍ਰਮਾਣ ਦਿੱਤੇ ਜਾਂਦੇ ਨੇ। ਅਤੇ ਕਈ ਸੱਜਣ ਤਾਂ ਸੰਕੋਚ ਵੀ ਕਰਨ ਲੱਗ ਪਏ। ਹਰਬੰਸ਼ ਤਪੇ ਨੇ ਸਵਾਲ ਕੀਤਾ ਕਿ ਸੱਚੇ ਪਾਤਸ਼ਾਹ, ਕਿ ਸਿੱਖ ਭਾਈ ਗੁਰਦਾਸ ਦੀ ਰਚਨਾ ਵਿੱਚੋਂ ਪੌੜੀਆਂ, ਭਾਈ ਸਾਹਿਬ ਦੀ ਰਚਨਾ ਵਿੱਚੋਂ ਕਵਿਤ, ਭਾਈ ਸਾਹਿਬ ਦੀ ਰਚਨਾ ਵਿੱਚੋਂ ਸਵੱਈਏ ਸਰਵਣ ਕਰਾਉਂਦੇ ਨੇ, ਅਤੇ ਤੁਸੀਂ ਕਿਰਪਾ ਕਰੋ ਸਾਨੂੰ ਦੱਸਣਾ ਕਰੋ ਵੀ ਇਹ ਇਹਨਾਂ ਦੀ ਰਚਨਾ ਕਿ ਗੁਰੂ ਘਰ ਵਿੱਚ ਪ੍ਰਵਾਨ ਹੈ। ਸਤਿਗੁਰੂ ਨੇ ਬਹੁਤ ਸੋਹਣਾ ਉੱਤਰ ਦਿੱਤਾ ਸੀ। ਉਹ ਪੁੱਛਦੇ ਨੇ ਮਿਹਰਬਾਨ ਪਿਰਥੀਏ ਦਾ ਪੁੱਤਰ ਵੀ ਰਚਨਾ ਕਰਦਾ, ਉਹ ਪ੍ਰਵਾਨ ਨਹੀਂ, ਅਤੇ ਭਾਈ ਸਾਹਿਬ ਕੋਲ ਗੁਰੂ ਪਦਵੀ ਨਹੀਂ, ਉਹ ਸਿੱਖ ਨੇ। ਅਤੇ ਇਸ ਗੱਲ ਨੂੰ ਭੁੱਲਿਓ ਨਾ ਕਿ ਸਿੱਖ ਅਤੇ ਗੁਰੂ ਅਭੇਦ ਹੋ ਜਾਂਦੇ ਨੇ ਜਦੋਂ ਸਿੱਖ ਦੇ ਅੰਦਰ ਗੁਰੂ ਦੀ ਰਹਿਮਤ ਵਰਸਦੀ ਹੈ। ਬੂੰਦ ਸਮੁੰਦਰ ਵਿੱਚ ਲੀਨ ਹੋ ਜਾਏਗੀ, ਨਿੱਕੀ ਜੀ ਬਲਦੀ ਕੋਈ ਜੋਤ ਪਰਮ ਜੋਤ ਵਿੱਚ ਲੀਨ ਹੋ ਜਾਏਗੀ, ਦੋਨਾਂ ਨੂੰ ਪਹਿਚਾਣ ਨਹੀਂ ਸਕੋਗੇ। ਉਹਨਾਂ ਕਿਹਾ ਵੀ ਇਹ ਵੀ ਸਿੱਖ ਹੈ, ਆਪਣੀ ਰਸਨਾ ਤੋਂ ਬਾਣੀ ਉਚਾਰਦਾ, ਅਤੇ ਤੁਸੀਂ ਕਿਰਪਾ ਕਰਕੇ ਦੱਸੋ ਵੀ ਇਹਨਾਂ ਦੀ ਬਚਨ ਪ੍ਰਵਾਨ ਨੇ। ਧੰਨ ਗੁਰੂ ਅਰਜਨ ਸਾਹਿਬ ਨੇ ਬਹੁਤ ਪਿਆਰਾ ਉੱਤਰ ਦਿੱਤਾ, ਕਹਿਣ ਲੱਗੇ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਪਵਿੱਤਰ ਰਚਨਾ ਜਾਂ ਉਹਨਾਂ ਦੇ ਬਚਨ, ਉਹਨਾਂ ਦੀ ਬਾਣੀ
ਕਹਿੰਦੇ ਨੇ ਇਹਦੇ ਉੱਤੇ ਗੁਰੂ ਦੇ ਸ਼ਬਦ ਦੀ ਸ਼ਾਂ ਹੈ। ਧਿਆਨ ਦਿਆ ਜੇ ਇਹਨਾਂ ਦੀ ਪਵਿੱਤਰ ਰਚਨਾ ਉੱਤੇ ਗੁਰੂ ਸ਼ਬਦ ਦੀ ਸ਼ਾਂ ਹੈ, ਅਤੇ ਜਿਸ ਬੰਦੇ ਨੇ ਗੁਰੂ ਸ਼ਬਦ ਦੀ ਸ਼ਾਂ ਨੂੰ ਹਟਾ ਕੇ ਆਪਣੀਆਂ ਮਨਮਤੀ ਗੱਲਾਂ ਸ਼ੁਰੂ ਕਰ ਦਿੱਤੀਆਂ, ਕਹਿਣ ਲੱਗੇ ਉਹ ਪ੍ਰਵਾਨ ਨਹੀਂ, ਅਤੇ ਜਿਹਦੇ ਸਿਰ ਉੱਤੇ ਗੁਰੂ ਸ਼ਬਦ ਦੀ ਸ਼ਾਂ ਹੋਵੇ ਉਹਦੀ ਰਚਨਾ ਨੂੰ ਪੜ੍ਹ ਕੇ ਗੁਰੂ ਸ਼ਬਦ ਦੀ ਸ਼ਾਂ ਮਾਣੀ ਜਾ ਸਕਦੀ ਹੈ। ਇਹਨਾਂ ਨੇ ਸ਼ਬਦ ਦੀ ਸ਼ਾਂ ਥੱਲੇ, ਗੁਰੂ ਦੇ ਭੈ ਥੱਲੇ, ਗੁਰੂ ਦੇ ਬਚਨਾਂ ਥੱਲੇ ਅੰਮ੍ਰਿਤ ਬਚਨ ਜਿਹੜੇ ਨੇ ਉਚਾਰਨ ਕੀਤੇ ਨੇ। ਖੈਰ ਇਹ ਇੱਕ ਵੱਖਰੀ ਜੀ ਗੱਲ ਸੀ। ਸਹਿ ਭਾਈ ਗੁਰਦਾਸ ਜੀ ਨੇ ਪਰਮਾਤਮਾ ਨੂੰ ਯਾਦ ਕਰਨ ਦੇ ਲਈ, ਜੇ ਧੰਨ ਗੁਰੂ ਅਰਜੁਨ ਸਾਹਿਬ ਕਹਿ ਰਹੇ ਨੇ ਕਿ ਪਰਮਾਤਮਾ ਨੂੰ ਤੂੰ ਚੇਤੇ ਕੀਤਾ, ਦੇਖ ਉਦੋਂ ਤੂੰ ਬਚ ਗਿਆ, ਭਾਈ ਸਾਹਿਬ ਸਾਨੂੰ ਇੱਕ ਗੱਲ ਚੇਤੇ ਕਰਾਉਂਦੇ ਨੇ। ਉਹ ਕਹਿੰਦੇ ਨੇ ਜਦੋਂ ਅੱਜ ਤੂੰ ਆਪਣੇ ਸਰੀਰ ਨੂੰ ਸ਼ਿੰਗਾਰਨਾ ਸਵਾਰਨਾ, ਕਿੰਨਾ ਜ਼ੋਰ ਤੂੰ ਲਾਇਆ ਕੇਵਲ ਇਸ ਚਮੜੀ ਦੀ ਖੂਬਸੂਰਤੀ ਲਈ, ਅਤੇ ਅੱਜ ਤੁਸੀਂ ਦੇਖੋਗੇ, ਮੇਰਾ ਖਿਆਲ ਹੈ ਬੰਦੇ ਦਾ ਪੇਟ ਇਹਦਾ ਸ਼ਾਇਦ ਇੰਨਾ ਖਰਚਾ ਰੋਟੀ ਪਾਣੀ ਦਾ ਨਾ ਹੋਵੇ ਜਿੰਨਾ ਖਰਚਾ ਬੰਦੇ ਦਾ ਇਸ ਤਨ ਦੀ ਚਮੜੀ ਨੂੰ ਸ਼ਿੰਗਾਰਨ 'ਤੇ ਲੱਗਾ ਹੋਇਆ ਹੈ। ਕੀਮਤੀ ਤੋਂ ਕੀਮਤੀ ਬਸਤਰ, ਕੀਮਤੀ ਤੋਂ ਕੀਮਤੀ ਗਹਿਣਾ। ਗੁਰੂ ਸਾਹਿਬ ਨੇ ਤਾਂ ਬਾਣੀ ਵਿੱਚ ਇੱਕ ਗੱਲ ਮੁਕਾ ਦਿੱਤੀ, ਕਹਿੰਦੇ ਨੇ ਸਿਰ ਤੋਂ ਪੈਰਾਂ ਤੱਕ ਚੰਦਨ ਦਾ ਲੇਪਣ ਕਰ ਲੈ, ਪਰ ਚੇਤੇ ਰੱਖੀ ਜਿੱਦਣ ਫੂਕੇ ਜਾਣਾ ਉਦਣ ਅੱਗ ਨੇ ਹੀ ਤੈਨੂੰ ਸਾੜਨਾ ਹੈ। ਚੋਵਾ ਕਬੀਰ ਸਾਹਿਬ ਜੀ, ਚੰਦਨ ਮਰਦਨ ਅੰਗਾ, ਮਰਦਨ ਦਾ ਅਖਰੀ ਅਰਥ ਹੁੰਦਾ ਮਲਣਾ, ਅਤੇ ਮਰਦਨ ਦਾ ਅਖਰੀ ਅਰਥ ਹੈ ਮਰਦ ਵੀ। ਅਸੀਂ ਇੱਕ ਬਚਨ ਪੜ੍ਹਦੇ ਹਾਂ, ਚਾਰ ਵਰਨ ਚੌਹਾਂ ਕੇ ਮਰਦਨ, ਉੱਥੇ ਮਰਦ ਹੈ, ਇੱਥੇ ਮਰਦਨ ਦਾ ਅਖਰੀ ਅਰਥ ਹੈ ਮਲਣਾ। ਜੇ ਤੂੰ ਆਪਣੇ ਤਨ ਦੀ ਚਮੜੀ ਦੇ ਸੁਹਾਪਣ ਲਈ, ਮੰਨ ਲਓ ਕਿ ਤੂੰ ਉੱਤੇ ਚੰਦਨ ਲੇਪਣ ਕਰਨਾ, ਤੂੰ ਕਈ ਤਰ੍ਹਾਂ ਦੀਆਂ ਅਤਰ ਫੁਲੇਲਾ ਲਾਉਣਾ, ਹੁਣ ਤਾਂ ਵਾਹਿਗੁਰੂ ਕਿਰਪਾ ਕਰੇ ਕਈ ਸੱਜਣ ਐਸੇ ਵੀ ਦੇਖਣ ਨੂੰ ਮਿਲਦੇ ਨੇ, ਕੀਰਤਨ ਕਰਨਾ ਹੁੰਦਾ ਨਾ, ਉਹ ਵੀ ਯਤਨ ਕਰਦੇ ਨੇ, ਕੀਰਤਨ ਕਰਨ ਤੋਂ ਪਹਿਲਾਂ ਪੂਰਾ ਮੇਕਅਪ ਕਰਕੇ ਆਉਂਦੇ ਨੇ ਇਹੋ ਜਿਹਾ ਕਿ ਸਾਡੇ ਚਿਹਰੇ ਵਿੱਚੋਂ ਝਲਕ ਪਏ ਵੀ ਬੜੋ ਅੰਦਰੋਂ ਜੁੜੇ ਹੋਏ ਨੇ। ਨਹੀਂ, ਬਨਾਵਟ, ਆਹ ਫੁੱਲ ਬੜੇ ਅੱਗੇ ਰੱਖੇ ਨੇ, ਮੈਂ ਨਹੀਂ ਦੇਖਿਆ ਇਹਨਾਂ ਫੁੱਲਾਂ 'ਤੇ ਕਿਸੇ ਦਿਨ ਭਵਰਾ ਆ ਕੇ ਬਹਿੰਦਾ। ਹਾਂ, ਬਨਾਵਟੀ ਫੁੱਲਾਂ ਨੂੰ ਕੇਵਲ ਆ ਪਿੱਤਲ ਦੇ ਹੀ ਗੁਲਦਸਤੇ ਨਹੀਂ, ਪਿੱਤਲ ਦੀ ਫੁੱਲ ਦਾ ਨਹੀਂ, ਭਾਵੇਂ ਸੋਨੇ ਹੀਰੇ ਮੋਤੀ ਦੇ ਵੀ ਜੜ ਦਿਓ, ਕਰੋੜਾਂ ਰੁਪਈਆਂ ਦਾ ਥੱਲੇ ਬਰਤਨ ਲਾ ਦਿਓ, ਪਰ ਪਿਆਰਿਓ ਭਵਰਾ ਕਦੀ ਨਹੀਂ ਆਏਗਾ। ਜਿਸ ਫੁੱਲ ਕੋਲ ਅਸਲੀਅਤ ਹੈ ਉਹ ਮਿੱਟੀ ਦੇ ਢੇਰ ਵਿੱਚ ਵੀ ਖਲੋਤਾ ਹੋਏ ਅਤੇ ਭਵਰੇ ਜਿਹੜੇ ਨੇ ਉਹ ਗੂੰਜਾਂ ਆ ਕੇ ਪਾਣਗੇ। ਫਿਰ ਬੇਨਤੀ ਸਮਝਿਓ, ਆ ਫੁੱਲਦਾਨ ਸੋਨੇ ਦਾ ਬਣਾ ਲਈਏ, ਖੀਰੇ ਜੜ ਲਈਏ, ਮੋਤੀ ਜੜ ਲਈਏ, ਸਾਡੀ ਨਜ਼ਰ ਵਿੱਚ ਤਾਂ ਕਰੋੜ ਰੁਪਈਏ ਦਾ ਇੱਕ ਫੁੱਲਦਾਨ ਹੋ ਸਕਦਾ ਹੈ, ਪਰ ਭਵਰੇ ਨੂੰ ਪੁੱਛ ਕੇ ਦੇਖੋ, ਕਹੇਗਾ ਛੱਡ ਪਰਾਂ, ਇਸ ਦੀ ਤੇਰੀ ਨਜ਼ਰ ਵਿੱਚ ਕੋਈ ਕੀਮਤ ਹੋਵੇਗੀ, ਪਰ ਮੇਰਾ ਰਸ ਇੱਥੋਂ ਨਹੀਂ। ਪਰ ਇੱਕ ਫੁੱਲ ਬਾਹਰ ਮਿੱਟੀ ਵਿੱਚ ਪੈਦਾ ਹੋਇਆ, ਸਾਰਾ ਦਿਨ ਧੁੱਪ ਵਿੱਚ ਖਲੋਂਦਾ ਹੈ, ਲੂਹ ਵਿੱਚ ਖਲੋਤਾ ਹੈ, ਸਰਦੀ ਵਿੱਚ ਪੇਡਾਂ ਖਲੋਤਾ ਹੈ, ਮਿੱਟੀ ਵਿੱਚ ਨਿਕਲੇ ਹੋਏ ਫੁੱਲ ਅਸਲੀ ਨੇ, ਭਵਰੇ ਆਉਣਗੇ ਅਤੇ ਲੋਕ ਖਿੱਚੇ ਹੋਏ ਉਹਦੇ ਵੱਲ ਪਹੁੰਚਣਗੇ, ਪਰ ਨਕਲੀ ਫੁੱਲਾਂ ਵਿੱਚੋਂ
ਗੁਲਦਸਤੇ ਕੀਮਤੀ ਹੋ ਸਕਦੇ ਨੇ, ਰੰਗ ਕੀਮਤੀ ਹੋ ਸਕਦਾ, ਸੱਚ ਜਾਣੋ ਉਸ ਫੁੱਲ ਦੀ ਸੁਗੰਧੀ ਕੱਢ ਕੇ ਇਹਦੇ ਉੱਤੇ ਅਤਰ ਇਹਦੇ ਉੱਤੇ ਸੈਂਟ ਛਿੜਕ ਦਿਓ ਅਤੇ ਤਾਂ ਵੀ ਭਵਰਾ ਨਹੀਂ ਆ ਕੇ ਬਹਿਣਾ, ਗੁਲਾਬ ਦਾ ਅਰਕ ਕੱਢ ਕੇ ਨਕਲੀ ਫੁੱਲਾਂ ਉੱਤੇ ਛਿੜਕ ਦਿਓ ਕਿ ਭਵਰਾ ਆ ਜਾਏਗਾ? ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਉਂਕਿ ਭਵਰਾ ਉਸ ਫੁੱਲ 'ਤੇ ਜਾ ਕੇ ਬਹਿਗਾ ਜਿਹੜਾ ਫੁੱਲ ਆਪਣੀ ਜੜ੍ਹ ਕਿਸੇ ਧਰਤੀ ਵਿੱਚ ਡੂੰਘੀ ਥਾਂ 'ਤੇ ਗੱਡ ਬੈਠਾ ਹੈ, ਜਿਹਦੀਆਂ ਜੜ੍ਹ ਹੀ ਕੋਈ ਨਹੀਂ, ਉਹਦੇ ਬਾਹਰ ਦੇ ਅਤਰ ਫੁਲੇਲ ਨਾਲ ਭਵਰੇ ਕਦੀ ਨਹੀਂ ਆਉਂਦੇ। ਮੇਰੀ ਬੇਨਤੀ ਸਮਝਿਓ, ਧਰਮ ਦੀ ਦੁਨੀਆ ਵਿੱਚ ਪਰਮਾਰਥ ਦੇ ਰਸਤੇ ਵਿੱਚ ਜੇ ਆਪਾਂ ਬਨਾਵਟੀ ਚਿਹਰੇ ਬਣਾ ਕੇ ਅੱਖਾਂ ਵਿੱਚੋਂ ਪਾਣੀ ਕੱਢ ਕੇ ਜਾਂ ਆਪਣੇ ਚਿਹਰੇ ਨੂੰ ਇੰਜ ਪ੍ਰਤੀਤ ਕਰੀਏ ਵੀ ਲੋਕ ਸਮਝਣ ਬੜਾ ਹੀ ਰੂਹਾਨੀਅਤ ਝਲਕਦੀ ਪਈ ਹੈ, ਇਸ ਭੁਲੇਖੇ ਨੂੰ ਦੂਰ ਕਰ ਦਈਏ, ਸ਼ਬਦ ਤੋਂ ਅਣਜਾਣ ਬੰਦੇ, ਸਿਮਰਨ ਤੋਂ ਵਿਛੁੰਨੇ ਹੋਏ ਬੰਦੇ, ਰੂਹਾਨੀਅਤ ਦੇ ਅੰਦਰ ਦੀ ਖੇਡ ਨੂੰ ਨਾ ਸਮਝਣ ਵਾਲੇ ਨਸਮਝ ਬੰਦੇ, ਉਹ ਤਾਂ ਬਾਹਰ ਦੇ ਚਿਹਰੇ 'ਤੇ ਪ੍ਰਭਾਵਿਤ ਹੋ ਜਾਣਗੇ, ਪਰ ਜਿਹੜਾ ਬਾਬੇ ਨਾਨਕ ਦੇ ਲੰਗਰ ਵਿੱਚ ਭਾਵੇਂ ਭਾਂਡੀ ਮਾਂਜਦਾ ਨਾ, ਗੁਰੂ ਗੁਰੂ ਜਪਦਾ, ਉਹ ਇੱਕ ਖਿਨ ਵੇਖ ਕੇ ਕਹਿ ਦੇਗਾ ਮੱਖੀਆਂ ਤਾਂ ਜਿੰਨਾ ਮਰਜ਼ੀ ਝੂਮਟ ਪਾ ਦੇਣ ਨਕਲੀ ਫੁੱਲਾਂ 'ਤੇ, ਪਰ ਭਵਰੇ ਕਹਿਣਗੇ ਨਹੀਂ, ਤੁਸੀਂ ਸਾਨੂੰ ਭੁਲੇਖੇ ਵਿੱਚ ਨਾ ਪਾਓ, ਜਿਹਦੇ ਗਾਹਕ ਆ ਉਹ ਇਹਨਾਂ ਵਿੱਚ ਰਸ ਨਹੀਂ ਹੈਗਾ। ਭਵਰੇ ਨੂੰ ਪਹਿਚਾਣ ਹੈ, ਮੱਖੀ ਨੂੰ ਕੀ ਪਹਿਚਾਣ, ਉਹ ਜਿੱਥੇ ਮਰਜ਼ੀ ਜਾ ਉੱਡੇ। ਇਹੀ ਕਾਰਨ ਕਿ ਅੱਜ ਅਸੀਂ ਦੇਖਦੇ ਹਾਂ ਬਨਾਵਟ ਵਿੱਚ ਲੋਕ ਮੱਖੀਆਂ ਦੀ ਤਰ੍ਹਾਂ ਝੁਰਮਟ ਪਾਉਂਦੇ ਨੇ, ਕਮਾਈ ਵਾਲਾ ਕਿਤੇ ਟਾਵਾਂ ਟਾਵਾਂ, ਅਤੇ ਉੱਥੇ ਕੇਵਲ ਭਵਰਾ ਬਿਰਤੀ ਹੀ ਪਹੁੰਚ ਸਕਦੀ ਹੈ। ਜਿਹੜੀ ਮੈਂ ਬੇਨਤੀ ਕਰਨ ਲੱਗਾ ਵਾਂ ਕਿ ਸਤਿਗੁਰੂ ਜੀ ਨੇ ਕਿਰਪਾਲਤਾ ਸਾਡੇ 'ਤੇ ਕੀਤੀ, ਬੇਨਤੀ ਰੰਭ 'ਚ ਜਿਹਨੇ ਸਾਨੂੰ ਰਚਿਆ, ਹੁਣ ਅਸੀਂ ਤਨ ਨੂੰ ਸ਼ਿੰਗਾਰ ਤਨ ਨੂੰ ਸੁਹੱਪਣ ਲਈ ਬਹੁਤ ਯਤਨ ਕਰ ਰਹੇ ਹਾਂ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਨਾ ਦਾਤਾ ਜੀ ਨੇ ਇੱਕ ਅੰਮ੍ਰਿਤ ਬਚਨ ਕਿਹਾ ਹੈ। ਹਜ਼ੂਰ ਫਰਮਾਉਂਦੇ ਨੇ ਕਿ ਜਿਸ ਚਮੜੀ ਨੂੰ ਤੂੰ ਅਤਰ ਫੁਲੇਲ ਲਾਉਂਦਾ, ਜੇ ਤਾਂ ਉਹ ਸ਼ੀਸ਼ੀ ਵਿੱਚ ਪਿਆ ਹੋਇਆ ਅਤਰ ਫੁਲੇਲ ਜਾਂ ਜਿਹਨੂੰ ਸੈਂਟ ਸਾਡੇ ਲੋਕ ਕਹਿੰਦੇ ਆ, ਉਹ ਸ਼ੀਸ਼ੀ ਵਿੱਚ ਪਿਆ ਹੋਵੇ, ਸਾਲ ਪਿਆ ਰਹੇ, 6 ਮਹੀਨੇ ਪਿਆ ਰਹੇ, ਬੰਦ ਰਹੇ, ਅਤੇ ਉਹ ਮੈਲਾ ਨਹੀਂ ਹੋਵੇਗਾ। ਅੱਜ ਬੰਦ ਸ਼ੀਸ਼ੀ ਘਰ ਵਿੱਚ ਪਈ ਹੈ ਅਰਕ ਦੀ, 6 ਮਹੀਨੇ ਬਾਅਦ ਕੱਢੋ ਅਤੇ ਸੁਗੰਧੀ ਉਹੋ ਜਿਹੀ ਨਿਕਲੇਗੀ। ਪਰ ਜਿਸ ਚਮੜੀ ਦਾ ਤੂੰ ਮਣਾ ਮਾਣ ਕਰੀ ਬੈਠਾ, ਇਹਦੇ 'ਤੇ ਇੱਕ ਵਾਰੀ ਸਪਰੇ ਕਰ ਅਤੇ 8 ਘੰਟਿਆਂ ਬਾਅਦ ਗਰਮੀ ਵਿੱਚ ਉਹ ਸਪਰੇ ਵੀ ਤੇਰੇ ਪਸੀਨੇ ਦੀ ਮੈਲ ਬਣ ਜਾਏਗੀ। ਹੈ ਉਹ ਸੁਗੰਧੀ ਵਾਲੀ ਸੀ, ਪਰ ਤੇਰੀ ਇਸ ਚਮੜੀ ਦੀ ਸੰਗਤ ਕਰਕੇ ਉਹ ਸੁਗੰਧੀ ਵੀ ਦੁਰਗੰਧੀ ਬਣ ਗਈ। ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਕਰਪੂਰ ਗਾਥਾ, ਕਰਪੂਰ ਪੋਪ ਸੁਗੰਧਾ, ਪਰਸ ਮਨੁੱਖ ਹੈ ਦੇਹ ਮਲੀਨੰਗ ਮੁਸ਼ਕਪੂਰ। ਸੁਗੰਧੀ ਵਾਲੀਆਂ ਚੀਜ਼ਾਂ ਇਹ ਬੰਦੇ ਤੇਰੇ ਤਨ ਦੀ ਚਮੜੀ ਨਾਲ ਸਪਰਸ਼ ਕੀਤੀਆਂ, ਕਰਪੂਰ ਪੋਪ ਸੁਗੰਧਾ ਪਰਸ ਮਨੁੱਖ ਹੈ ਦੇਹ ਮਲੀਨੰਗ ਮੱਝਾਂ ਰੁਦਰ ਦੁਰਗੰਧਾ, ਮਿੱਝ ਖੂਨ ਅਤੇ ਗੰਦ ਦੀ ਪੋਟਲੀ, ਨਾਨਕ ਅੱਥ ਗਰਬੇਣ ਅਗਿਆਨਣੋਂ। ਖੇ ਅਗਿਆਨੀ ਬੰਦੇ ਕਾਹਦਾ ਮਾਣ ਪਿਆ ਕਰਨਾ, ਇਸ ਚਮੜੀ 'ਤੇ ਲਾਏ ਹੋਏ ਅਤਰ ਫਲੇਲ ਦਾ ਖੈਰ ਇਹ ਮੇਰਾ ਵਿਸ਼ਾ ਨਹੀਂ। ਵਿਸ਼ਾ ਹੈ ਕਿ ਜਿਸ ਨੇ ਚਮੜੀ ਦਿੱਤੀ, ਜਿਸ ਪਰਮਾਤਮਾ ਨੇ ਤੈਨੂੰ ਪ੍ਰਾਣ ਦਿੱਤੇ, ਮਨ ਦਿੱਤਾ, ਤਨ ਦਿੱਤਾ। ਹਜ਼ੂਰ ਨੇ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਵੇਖ ਕਰਤਾਰ ਦੇ ਉਪਕਾਰ ਪ੍ਰਿਥ ਮੈਂ
ਇਹ ਪਹਿਲੀ ਵਾਰ ਦੀ ਪੌੜੀ ਹੈ। ਪ੍ਰਿਥਮੈ ਸਾਸ ਨਾ ਮਾਸ ਸਨ, ਪ੍ਰਿਥਮੈ ਦਾ ਅਰਥ ਹੈ ਸਭ ਤੋਂ ਪਹਿਲਾਂ। ਆਪਣੇ ਇਸ ਘਰ ਵਿੱਚ ਜਿੱਥੇ ਤੇਰੇ ਬਜ਼ੁਰਗ ਬੈਠੇ ਨੇ, ਇਹਨਾਂ ਨੂੰ ਪੁੱਛ ਕੇ ਦੇਖ, ਜਦੋਂ ਤੂੰ ਨਹੀਂ ਸਾਂ ਉਦੋਂ ਕੀ ਸੀ? ਕੁਛ ਵੀ ਨਹੀਂ, ਨਾ ਤੇਰੇ ਸਾਹ ਸਨ ਅਤੇ ਨਾ ਤੇਰਾ ਮਾਸ ਸੀ। ਸਿਰ ਬੰਦਾ ਜੇ ਇਸ ਗੱਲ ਨੂੰ ਚੇਤੇ ਰੱਖ ਲੈ ਨਾ, ਮਨ ਨੂੰ ਸਮਝਾਉਣ ਦਾ ਤਰੀਕਾ ਹੈ। ਅਸੀਂ ਜਦੋਂ ਕੋਈ ਚੀਜ਼ ਪ੍ਰਾਪਤ ਹੁੰਦੀ ਹੈ ਉਦੋਂ ਬੜੇ ਪ੍ਰਸੰਨ ਹੁੰਦੇ ਹਾਂ, ਜਦੋਂ ਉਹ ਵਸਤੂ ਚਲੀ ਜਾਏ ਤਾਂ ਉਹ ਸਾਨੂੰ ਮੋਹ, ਸਾਨੂੰ ਰੋਣਾ, ਸਾਨੂੰ ਕਲਪਨਾ, ਚਾਹੇ ਉਹ ਧਨ ਹੋਵੇ, ਪਦਾਰਥ ਹੋਵੇ, ਪਦਵੀ ਹੋਵੇ, ਕਿਉਂਕਿ ਬੰਦਾ ਉਸ ਨੂੰ ਪ੍ਰਾਪਤ ਕਰਨ ਤੋਂ ਬਾਅਦ ਇਹ ਹੀ ਸਮਝਦਾ ਇਹਦੇ 'ਤੇ ਮੇਰਾ ਪੂਰਾ ਅਧਿਕਾਰ ਹੈ, ਇਸ ਚੀਜ਼ ਨੇ ਕਦੀ ਵੀ ਮੇਰਾ ਸਾਥ ਨਹੀਂ ਛੱਡਣਾ। ਪਰ ਗੁਰੂ ਸਾਹਿਬ ਬਾਣੀ ਵਿੱਚ ਇੱਕ ਬਚਨ ਕਰਦੇ ਆ, ਗੁਰੂ ਅਰਜਨ ਸਾਹਿਬ ਸੁਖਮਨੀ ਸਾਹਿਬ ਵਿੱਚ ਕਹਿਣ ਲੱਗੇ, ਮੈਨੂੰ ਦੱਸ ਕੌਣ ਵਸਤ ਆਈ ਤੇਰਾ ਸੰਗ, ਕਿਹੜੀ ਵਸਤੂ ਸੀ ਜਿਹੜੀ ਤੂੰ ਲੈ ਕੇ ਜੰਮਿਆ ਹੈ? ਪਿਛਲੇ ਦਿਨੀ ਮੈਂ ਬੇਨਤੀ ਕੀਤੀ ਸੀ, ਜਿਹੜੇ ਅਨਾਜ ਦੇ ਤੇਰੇ ਢੇਰ ਖੇਤਾਂ ਵਿੱਚ ਲੱਗੇ ਨੇ, ਕਿ ਮਾਂ ਦੇ ਜਨਮ ਵੇਲੇ ਤੂੰ ਲੈ ਕੇ ਜੰਮਿਆ? ਜਿਹੜੇ ਪੁੱਤਰ ਧੀਆਂ ਅੱਜ ਤੈਨੂੰ ਦਿਸਦੇ ਪਏ ਨੇ, ਕਿ ਇਹ ਤੇਰੇ ਜਨਮ ਨਾਲ ਤੇਰੇ ਨਾਲ ਆਏ ਸਨ? ਜਿਸ ਜ਼ਮੀਨ 'ਤੇ ਤੂੰ ਬੈਠਾ, ਕੀ ਇਹ ਜ਼ਮੀਨ ਮਾਤਾ ਦੇ ਉਧਰ ਵਿੱਚੋਂ ਲੈ ਕੇ ਆਇਆ? ਬਾਕੀ ਗੱਲਾਂ ਛੱਡ, ਜਿਹੜਾ ਇੰਨਾ ਵੱਡਾ ਕੱਦ ਲੈ ਕੇ ਤੂੰ ਬੈਠਾ, ਸੱਚ ਜਾਣੀ ਇਹ ਵੀ ਮਾਂ ਦੇ ਉਧਰ ਵਿੱਚੋਂ ਨਹੀਂ ਲੈ ਕੇ ਆਇਆ, ਜਨਮ ਵੇਲੇ ਨਹੀਂ ਲੈ ਕੇ ਆਇਆ, ਤੇਰਾ ਭਾਰ ਹੀ ਕੁਝ ਕਿਲੋ ਸੀ, ਕਿਹੜੀ ਚੀਜ਼ ਤੂੰ ਲੈ ਕੇ ਆਇਆ? ਆਹ 5-4 ਕਿਲੋ ਦਾ ਭਾਰ ਤੇ ਰੱਬ 'ਤੇ ਅਹਿਸਾਨ ਇੰਨਾ ਜੈਤਨ ਹੈ। ਕੌਣ ਵਸਤ ਆਈ ਤੇਰਾ ਸੰਗ, ਲਪਟ ਰਹੋ ਰਸ ਲੋਭੀ ਪਤੰਗ। ਲੋਭੀ ਪਤੰਗ ਕੀ ਹੈ? ਕਹਿਣ ਲੱਗੇ ਉਹ ਪਤੰਗਿਆ, ਜਿਵੇਂ ਦੀਵੇ ਦੀ ਲਾਟ 'ਤੇ ਪਤੰਗਾ ਜ਼ੋਰ ਮਾਰ ਕੇ ਮਰ ਜਾਂਦਾ, ਸੜ ਜਾਂਦਾ ਹੈ, ਉਹ ਲੋਭੀਆ ਕਿਹੜੀ ਚੀਜ਼ ਤੂੰ ਆਪਣੇ ਨਾਲ ਲੈ ਕੇ ਆਏ ਜਿਹੜੀ ਦਾਅਵੇ ਪਿਆ ਕਰਨਾ ਹੈ? ਹਜ਼ੂਰ ਨੇ ਜਿਹੜੀ ਮੈਂ ਬੇਨਤੀ ਕਰਨ ਲੱਗਾ, ਪ੍ਰਿਥਮੈ ਪਹਿਲਾਂ ਸਾਸ ਨਾ ਮਾਸ ਸਨ, ਨਾ ਮਾਸ ਸੀ ਅਤੇ ਨਾ ਸਾਸ ਸੀ, ਅੰਧ ਧੁੰਦ ਕਿਛ ਖਬਰ ਨਾ ਪਾਈ, ਪਤਾ ਹੀ ਨਹੀਂ ਕਿੱਥੋਂ ਸਾਂ। ਹੁਣ ਆਪਾਂ ਜਿਤਨੇ ਬੈਠੇ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਸਿਧਾਂਤ ਅਨੁਸਾਰ ਕਰਮ ਫਿਲਾਸਫੀ ਵੀ ਮੰਨਦੇ ਹਾਂ, ਅਤੇ ਅਸੀਂ ਪੁਨਰ ਜਨਮ ਨੂੰ ਵੀ ਮੰਨਦੇ ਹਾਂ। ਪੁਨਰ ਜਨਮ ਦਾ ਅਰਥ ਹੈ ਪਰਤ ਪਰਤ ਕੇ ਜਨਮ ਹੋਣਾ। ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿੰਦੇ ਨੇ ਕੱਤ ਕੀ ਮਾਈ ਬਾਪ ਕੱਤ ਕੇਰਾ, ਕਿੱਦੂ ਥਾਵੋਂ ਹਮ ਆਏ। ਆਪਾਂ ਨੂੰ ਕਿਸੇ ਨੂੰ ਪਤਾ ਹੈ ਜੀ ਕਿਹੜੀ ਥਾਂ ਤੋਂ ਆਏ? ਕਿਸੇ ਨੂੰ ਕੋਈ ਪਤਾ ਨਹੀਂ। ਹਾਂ, ਜੇ ਪਰਮਾਤਮਾ ਦਇਆ ਕਰੇ, ਕਈ ਵਾਰੀ ਪਿਛਲੇ ਜਨਮਾਂ ਦੀ ਸੋਝੀ ਬੰਦੇ ਨੂੰ ਪੈ ਜਾਂਦੀ ਹੈ। ਇਹ ਵੀ ਇੱਕ ਰੱਬ ਦਾ ਸ਼ੁਕਰ ਕਰੀਏ ਕਿ ਸਾਡੇ ਜਨਮ ਤੋਂ ਬਾਅਦ ਕੁਛ ਮਕੀਨਿਆਂ ਵਿੱਚ ਸਾਡੀ ਪੁਰਾਣੀ ਜਿਹੜੀ ਸਿਮਰਤੀ ਹੈ ਉਹਨੂੰ ਪਰਮਾਤਮਾ ਸਾਡੇ ਦਿਮਾਗ ਤੋਂ ਵਾਸ਼ ਕਰ ਦਿੰਦਾ, ਡਿਲੀਟ ਕਰ ਦਿੰਦੇ ਨੇ। ਜੇ ਕਿਤੇ ਉਹ ਪੁਰਾਣੀਆਂ ਸਿਮਰਤੀਆਂ, ਪੁਰਾਣੀਆਂ ਯਾਦਾਂ ਸਾਡੇ ਵਿੱਚ ਹੋਣ, ਹਰ ਬੰਦਾ ਸੰਸਾਰ ਦਾ ਪਾਗਲ ਹੋ ਜਾਏਗਾ। ਫਿਰ ਬੇਨਤੀ ਮੇਰੀ ਸਮਝਿਓ, ਜਿਨ੍ਹਾਂ ਜਨਮਾਂ ਵਿੱਚੋਂ ਨਿਕਲ ਕੇ ਆਏ ਹਾਂ, ਉਹ ਯਾਦਾਂ, ਉਹ ਥਾਵਾਂ ਸਾਨੂੰ ਚੇਤੇ ਹੋਣ। ਹਾਂ, ਕਿ ਕਮਾਈ ਵਾਲਿਆਂ ਨੇ ਅੰਦਰੋਂ ਜਾਗਿਆ ਹੋਇਆਂ ਨੇ ਜ਼ਰੂਰ, ਉਹਨਾਂ ਨੂੰ ਪਤਾ ਹੁੰਦਾ ਵੀ ਇਹ ਬੰਦਾ ਪਿਛਲੇ ਜਨਮ 'ਚ ਕੀ ਸੀ, ਕਿਉਂਕਿ ਉਹ ਦੋ
ਦੋਵਾਂ ਥਾਵਾਂ ਦੇ ਗਿਆਤਾ ਨੇ। ਅੱਜ ਵੀ ਧਿਆਨ ਲਗਾਉਣ ਵਾਲੇ ਇੱਕ ਗੱਲ ਕਹਿੰਦੇ ਨੇ, ਇਹਨੂੰ ਇਹ ਨਾ ਸਮਝੋ ਮੈਂ ਗੁਰਮਤ ਦੀ ਗੱਲ ਕਹਿ ਰਿਹਾ। ਆਮ ਤੌਰ 'ਤੇ ਕਿਹਾ ਜਾਂਦਾ ਕਿ ਡੂੰਘੇ ਧਿਆਨ ਵਿੱਚ ਗਏ ਹੋਏ ਬੰਦੇ ਆਪਣੀ ਯਾਤਰਾ ਪਿਛਾਂ ਨੂੰ ਵੀ ਕਰ ਸਕਦੇ ਨੇ। ਦੋ ਤਰੀਕੇ ਉਹ ਕਹਿੰਦੇ ਆ। ਇੱਕ ਸਿਧਾਂਤ ਐਸਾ ਵੀ ਪਨਪਿਆ ਕਿ ਪਰਮਾਤਮਾ ਨੂੰ ਜੇ ਮਿਲਣਾ ਪਿਛਾਂ ਜਾ ਕੇ ਵੀ ਮਿਲਿਆ ਜਾ ਸਕਦਾ ਅਤੇ ਅੱਗੇ ਜਾ ਕੇ ਵੀ ਮਿਲਿਆ ਜਾ ਸਕਦਾ। ਉਹ ਕਿਵੇਂ ਕਹਿ ਕਹਿੰਦੇ ਨੇ ਪਿਛਾਂ ਜਾ ਕੇ ਦਾ ਮਤਲਬ ਹੈ ਜਿੱਥੋਂ ਤੁਰਿਆ ਸੀ, ਇਉਂ ਕਹਿ ਲਓ ਰਿਵਰਸ ਬੈਕ ਗੇਅਰ ਲਾਏ। ਹੁਣ ਜੇ ਬੰਦਾ ਪਿਛਾਂ ਨੂੰ ਤੁਰੇਗਾ ਨਾ, ਤਾਂ ਚੇਤੇ ਰੱਖਿਓ ਪਿਛਾਂ ਨੂੰ ਤੁਰਦਿਆਂ ਸਾਰ ਜੇ ਅੱਜ 7 ਸਾਲ ਦੀ ਉਮਰ ਹੈ ਅਤੇ ਪਹਿਲਾਂ ਸੀ, ਇਸ ਜਨਮ ਵਿੱਚ ਜਾਵਾਂਗੇ। ਪ੍ਰੋਸੈਸ ਪਿਛਾਂ ਦਾ ਇਹੀ ਹੈ, ਮਾਤਾ ਦੇ ਉਧਰ ਵਿੱਚੋਂ ਨਿਕਲਾਂਗੇ, ਫਿਰ ਅਸੀਂ ਆਪਣੀ ਪਹਿਲੀ ਮੌਤ ਦੇਖਾਂਗੇ, ਉਸ ਤੋਂ ਬਾਅਦ ਫਿਰ ਅਗਲੀ ਜੂਨ ਚੱਲੇਗੀ। ਪਤਾ ਨਹੀਂ ਕਿੰਨਾ ਕੁ ਬੰਦਾ ਉਸ ਡਰਾਵਣੀਆਂ ਸ਼ਕਲਾਂ ਵਿੱਚੋਂ ਨਿਕਲੇਗਾ, ਅਤੇ ਜਿਹੜੇ ਪਿਛਾਂ ਨੂੰ ਸਬਰ ਕਰਨ ਲੱਗ ਪੈਣ ਅਤੇ ਜਿਸ ਥਾਂ 'ਤੇ ਧਿਆਨ ਟਿਕਾਣਗੇ ਉਹ ਜੀ ਬਿਰਤੀ ਬਣੀ ਜਾਂਦੀ ਹੈ। ਬੜਾ ਖਤਰਨਾਕ ਹੈ ਪਿਛਾਂ ਨੂੰ ਮੁੜਨਾ। ਹਾਂ, ਇਹ ਤਾਂ ਪਰਮਾਤਮਾ ਦਇਆ ਕੀਤੀ, ਉਹਨਾਂ ਕਿਹਾ ਤੈਨੂੰ ਮਨੁੱਖਾ ਦੇਈ ਮਿਲੀ ਆ, ਐਵੇਂ ਹਿਸਾਬ ਕਿਤਾਬ 'ਚ ਨਾ ਪਈ ਮੈਂ ਕਿੱਥੋਂ ਆਇਆ ਕਿਵੇਂ ਆਇਆ। ਹੁਣ ਕਈਆਂ ਦਾ ਤਾਂ ਇਹੀ ਹੁੰਦਾ ਨਾ ਕਿ ਤੁਸੀਂ ਦੱਸੋ ਅਸੀਂ ਪਿਛਲੇ ਜਨਮ ਕੀ ਸੀ। ਮੈਂ ਕਈ ਵਾਰੀ ਸੋਚਣਾ ਤੂੰ ਪਿਛਲੇ ਜਨਮ ਨੂੰ ਛੱਡ, ਹੁਣ ਤੂੰ ਬੰਦਾ ਅਤੇ ਬੰਦਿਆਂ ਵਾਲੇ ਕੰਮ ਕਰ, ਆਹ ਹੀ ਸਮਝ ਲੈ ਜਿਹੜਾ ਰੱਬ ਨੇ ਤੈਨੂੰ ਹੁਣ ਦਿੱਤਾ। ਪਿਛਲੇ ਜਨਮ 'ਚ ਕਿੰਨੀਆਂ ਕੁ ਤੂੰ ਛਾਲਾਂ ਮਾਰੀਆਂ ਹੋਣੀਆਂ ਜਿਹੜਾ ਪੁੱਛਣਾ ਪਿਆ, ਆਹ ਦੇਖ ਜਿਹੜਾ ਪਰਮਾਤਮਾ ਨੇ ਤੈਨੂੰ ਹੁਣ ਦਿੱਤਾ। ਇਸੇ ਕਰਕੇ ਕਬੀਰ ਸਾਹਿਬ ਨੇ ਕਿਹਾ, ਗੁਰੂ ਸਾਹਿਬ ਨੇ ਕਿਹਾ ਪਿਛਾਂ ਨਾ ਝਾਕੀ, ਪਿਛਾਂ ਬੜਾ ਖਤਰਨਾਕ ਕੰਮ ਹੈ। ਕਈ ਸੱਜਣ ਜਦੋਂ ਇਹਦਾ ਅਭਿਆਸ ਕਰਦੇ ਨੇ ਕਮਲੇ ਹੋ ਜਾਂਦੇ, ਕਿਉਂਕਿ ਇਸ ਜਨਮ 'ਤੇ ਪਿਛੋਕੜ ਚੇਤੇ ਆ ਜਾਏ। ਅੱਜ ਤੋਂ 25 ਸਾਲ ਪਹਿਲਾਂ ਕੀਤੀਆਂ ਹੋਈਆਂ ਭੁੱਲਾਂ ਫਿਰ ਸਾਡੇ ਜੀਵਨ 'ਚ ਵਰਤ ਜਾਣ ਅਤੇ ਪਿਆਰੇ ਉਹ ਬੰਦੇ ਕਮਲੇ ਹੋ ਜਾਣਗੇ। ਹਜ਼ੂਰ ਨੇ ਕਿਹਾ ਨਹੀਂ, ਪਿਛਾਂ ਨਾ ਝਾਤੀ ਮਾਰ, ਆਗਾਂ ਕੂ ਤਰਾਂਗ, ਅਗਾਂਹ ਨੂੰ ਤੁਰ ਪਿਛਾਂ ਨਾ ਜਾਈ, ਆਗਾਂ ਕੂ ਤਰਾਂਗ, ਪਿਛਾਂ ਫੇਰ ਨਾ ਮੋਢੜਾ, ਨਾਨਕ ਸਿੱਜ ਅਵੇਖਾ ਵਾਰ, ਬੌੜ ਨਾ ਹੋਵੀ ਜਨਮੜਾ। ਦੇਖ ਹੁਣ ਆਖਰੀ ਡੰਡਾ ਰਹਿ ਗਿਆ, ਪਰ ਜੇ ਫਿਰ ਪਿਛਾਂ ਨੂੰ ਕਿਉਂ, ਇਸ ਪੌੜੀ 'ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਂਦਾ। ਗੁਰੂ ਸਾਹਿਬ ਨੇ ਕਿਹਾ ਇਹ ਤੇਰਾ ਅਵਸਰ, ਇਹ ਤੇਰੀ ਵਾਰ, ਅਗਾਂਹ ਨੂੰ ਤੁਰ, ਘੱਟ ਭੀਤਰ ਤੂੰ ਦੇਖ ਵਿਚਾਰ। ਕਬੀਰ ਜੀ ਨੇ ਕਿਹਾ ਕਹਿਤ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਵੇਰਾ। ਆਹ ਖੇਤ ਇਸ ਜਨਮ ਵਿੱਚ ਹੀ ਖੇਡ ਮੁਕਾ ਜੇ ਮੁੱਕਦੀ ਹੈ, ਕਿਉਂ ਪਿਛਾਂ ਭੱਜਣਾ ਪਿਆ, ਖੇਤ ਹੀ ਕਰੋ ਨਵੇਰਾ। ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨਾ ਪਵਜਲ ਫੇਰਾ। ਇੱਕ ਉਦਾਹਰਨ ਮੈਂ ਦੇਣੀ ਚਾਹੁੰਦਾ ਵਾਂ ਸਿਰਫ ਇਸ ਗੱਲ ਨੂੰ ਸਮਝਣ ਲਈ, ਥੋੜ੍ਹਾ ਜਿਹਾ ਨਾ ਆਪਣੇ ਅੰਦਰ ਦੀ ਸੰਕੀਰਨਤਾ ਤੋਂ ਆਪਾਂ ਉੱਪਰ ਉੱਠੀਏ। ਆਪਣੇ ਅੰਦਰ ਨੂੰ ਅਸੀਂ ਬੜਾ ਸੰਕੀਰਨ ਕਰੀ ਜਾਂਦੇ ਹਾਂ, ਮੇਰਾ ਪਰਿਵਾਰ ਹੀ ਚੰਗਾ, ਸਾਡੀ ਸੰਗਤ ਵਿੱਚ ਹੀ ਸਾਰੇ ਪਹੁੰਚੇ, ਸਾਡੀ ਕੌਮ ਹੀ ਸਾਰੀ ਜਾਏਗੀ, ਸਾਡਾ ਧਰਮ ਹੀ ਸਭ ਤੋਂ ਚੰਗਾ। ਮੈਂ ਕਹਿੰਦਾ ਇਹ ਕਿਉਂ ਕਹੀ ਜਾਂਦੇ ਸਾਡਾ ਧਰਮ ਚੰਗਾ, ਸਾਡਾ ਧਰਮ ਚੰਗਾ, ਤੁਸੀਂ ਚੰਗੇ ਬਣੋ ਲੋਕ ਕਹਿਣ ਸਭ ਤੋਂ ਚੰਗਾ। ਹੁਣ ਇਹ ਤਾਂ ਕਹੀ ਜਾਂਦੇ ਗੁਰੂ ਨਾਨਕ ਸਾਹਿਬ ਜੀ ਨੇ 239 ਸਾਲ ਲਾਏ, ਉਹ ਪਿਆਰਿਓ ਉਹਨਾਂ 'ਤੇ ਲਾਏ, ਆਪਾਂ ਕੀ ਕੀਤਾ। ਇਹ ਦੇਖੀਏ ਵੀ ਆਪਾਂ ਕੀ ਕਰਨੇ ਪਏ, ਸਾਡੇ ਬਜ਼ੁਰਗਾਂ ਨੇ ਤਾਂ ਤੇਗਾਂ ਮਾਰੀਆਂ,
ਅਤੇ ਆਪਾਂ ਕਿਹੜੀ ਤੇਗ ਪਚਲਾਉਣੀ ਹੈ। ਮੇਰੀ ਬੇਨਤੀ ਸਮਝਿਓ ਕਿ ਥੋੜ੍ਹਾ ਜਿਹਾ ਆਪਣੇ ਆਪ ਨੂੰ ਵਿਸ਼ਾਲ ਕਰਕੇ ਚੱਲੋ, ਦੂਜੇ ਦੇ ਸੱਚ ਨੂੰ ਸੁਣ ਲਈਏ। ਹੁਣ ਜੇ ਕਹੀਏ ਮੈਂ ਹੀ ਇਕੱਲਾ ਸਿਮਰਨ ਵਾਲਾ, ਮੈਂ ਹੀ ਭਜਨ ਬੰਦਗੀ ਵਾਲਾ, ਸਾਡੇ ਤੋਂ ਅੱਗੇ ਕੋਈ ਨਹੀਂ, ਕੱਲ੍ਹ ਨੂੰ ਇਹ ਸ਼ਬਦ ਹੀ ਆਉਣਾ। ਕਹਿੰਦੇ ਨੇ ਸੇਵਕ ਤਾਂ ਬੜੇ ਨੇ, ਕਹਿੰਦੇ ਅੱਗੇ ਹਉਮੈ ਦੀਆਂ ਪੰਡਾਂ ਚੁੱਕੀ ਫਿਰਦੇ ਨੇ, ਕਰੋੜਾਂ ਵਿੱਚੋਂ ਇੱਕ ਅੱਧਾ ਜਿਹੜਾ ਸਮਰਪਿਤ ਹੈ। ਦੇਖੋ ਗੁਰੂ ਸਾਹਿਬ ਨੇ ਕੈਸੀ ਕਿਰਪਾ ਕੀਤੀ, ਸੱਚੇ ਪਾਤਸ਼ਾਹ ਦੀ ਕੋਈ ਸੰਕੀਰਨਤਾ ਨਹੀਂ। ਜੇ ਗੁਰੂ ਦਵੈਸ਼ ਕਰਨ ਲੱਗ ਪਏ ਨਾ, ਤਾਂ ਉਹਨੂੰ ਗੁਰੂ ਨਹੀਂ ਕਿਹਾ ਜਾਂਦਾ ਹੁੰਦਾ, ਕਿਉਂਕਿ ਸਤਿਗੁਰ ਸਭਨਾਂ ਦਾ ਭਲਾ ਮਨਾਏਗਾ। ਗੁਰੂ ਜੀ ਤਾਂ ਹਰ ਇੱਕ ਦਾ ਭਲਾ ਲੋਚਦੇ ਨੇ, ਕਿਸੇ ਦਾ ਬੁਰਾ ਨਹੀਂ। ਇੱਕ ਉਦਾਹਰਨ ਮੈਂ ਅਰਜ਼ ਕਰਨੀ ਚਾਹੁੰਦਾ ਸਵਾਮੀ ਰਾਮ ਕਿਸ਼ਨ ਪਰਮਹੰਸ ਜੀ ਦੀ। ਇਹਨਾਂ ਨੇ ਕਈ ਮੰਤਰ ਸਾਧੇ ਸਨ, ਪਰ ਦੇਖੋ ਅੰਦਰੋਂ ਜੁੜੇ ਹੋਏ ਬੰਦੇ, ਉਹਨਾਂ ਨੇ ਸਰੀਰ ਦੀ ਗੱਲ ਕਰਦਿਆਂ ਅੰਦਰ ਬ੍ਰਹਮ ਦੀ ਬਾਤ ਕਰਨੀ। ਇੱਕ ਦਿਨ ਸਵਾਮੀ ਰਾਮ ਕਿਸ਼ਨ ਪਰਮਹੰਸ ਆਪਣੇ ਚੇਲਿਆਂ ਵਿੱਚ ਬੈਠੇ ਨੇ। ਇੱਕ ਜਗ੍ਹਾ ਤੋਂ ਮੈਂ ਸਥਾਨ ਤੋਂ ਗੱਲ ਪੜ੍ਹੀ, ਕਹਿਣ ਲੱਗੇ ਵੀ ਜਦੋਂ ਬ੍ਰਹਮ ਦੀ ਗੱਲ ਚੱਲਣੀ, ਅਚਨਚੇਤ ਉਹਨਾਂ ਆਪਣੀ ਰਸੋਈ ਜਾਂ ਜਿੱਥੇ ਪਾਕ ਸਾਲ ਭੋਜਨ ਤਿਆਰ ਹੁੰਦਾ ਸੀ, ਪੁੱਛਣਾ ਅੱਜ ਖਾਣੇ 'ਚ ਕੀ ਬਣਾਇਆ, ਅੱਜ ਕੀ ਖਾਣਾ ਬਣਾਇਆ। ਅਤੇ ਚੇਲਿਆਂ ਨੇ ਕਈ ਵਾਰੀ ਉਦਾਸ ਹੋ ਜਾਣਾ ਵੀ ਗੱਲ ਬ੍ਰਹਮ ਦੀ ਚੱਲਦੀ ਹੈ, ਗੱਲ ਪਰਮਾਰਥ ਦੀ ਤੁਰਦੀ ਹੈ, ਗੱਲ ਪਰਮਾਤਮਾ ਦੇ ਨਾਮ ਦੀ ਵਿਰਧ ਦੀ ਚੱਲਦੀ ਹੈ। ਅਤੇ ਜਦੋਂ ਇੱਕੋ ਦਮ ਇਹ ਰਸਾਂ ਤੋਂ ਮੁਕਤ ਹੋਣ ਦੀ ਗੱਲ ਕਰਦਿਆਂ ਕਰਦਿਆਂ ਇਹ ਕਹਿੰਦੇ ਨੇ ਵੀ ਅੱਜ ਖਾਣੇ 'ਚ ਕੀ ਬਣਾਇਆ, ਅਤੇ ਉਸ ਵੇਲੇ ਮਨ ਡਰ ਜਾਂਦਾ ਵੀ ਜਿਹੜੇ ਕੋਲ ਆਏ ਨੇ ਉਹ ਕਹਿਣਗੇ ਅਜੇ ਤਾਂ ਆਪਣੇ ਜੀਵ ਦੇ ਰਸ ਤੋਂ ਉੱਪਰ ਨਹੀਂ ਉੱਠੇ, ਇਹ ਬ੍ਰਹਮ ਦੀ ਗੱਲ ਕਿਹੜੀ ਕਰਦੇ ਨੇ, ਇਹ ਤਾਂ ਅਜੇ ਵੀ ਰਸੋਈ ਵਾਲੇ ਪਾਸੇ ਜਾਂਦੇ ਪਏ ਨੇ, ਇਹਨਾਂ ਨੇ ਰਸ ਕਿੱਥੋਂ ਮਾਣਿਆ ਹੋਣਾ। ਕਹਿੰਦੇ ਨੇ ਇੱਕ ਦਿਨ ਕਿਤੇ ਬਾਹਰੋਂ ਕੋਈ ਸੱਜਣ ਆਏ, ਗੱਲ ਆਤਮ ਪਰਮਾਤਮ ਦੀ ਚੱਲੇ, ਗੱਲ ਬੂੰਦ ਅਤੇ ਸਾਗਰ ਦੀ ਹੋ ਰਹੀ ਸੀ, ਬਾਤ ਕਿਰਨ ਅਤੇ ਸੂਰਜ ਦੀ ਹੋ ਰਹੀ ਸੀ, ਬਾਤ ਚਿਨਗ ਅਤੇ ਭਾਂਬੜ ਦੀ ਹੋ ਰਹੀ ਸੀ, ਅਚਨਚੇਤ ਰਾਮ ਕਿਸ਼ਨ ਪਰਮਹੰਸ ਜੀ ਉੱਠੇ, ਕਹਿਣ ਲੱਗੇ ਸ਼ਾਰਦਾ, ਸੁਪਤਨੀ ਦਾ ਨਾਮ ਸੀ, ਅੱਜ ਖਾਣੇ 'ਚ ਕੀ ਬਣਾਇਆ, ਕੀ ਖਾਣਾ ਬਣਾਇਆ। ਜਿਹੜੇ ਬਾਹਰੋਂ ਆਏ ਹੈਰਾਨ ਹੋ ਗਏ, ਗੱਲ ਕਾਹਦੀ ਅਤੇ ਤੁਰ ਕਿੱਥੇ ਪਏ। ਕਹਿੰਦੇ ਨੇ ਉਸ ਵੇਲੇ ਸ਼ਾਰਦਾ ਨੇ ਕਿਹਾ, ਸਵਾਮੀ ਬਾਕੀ ਸਭ ਠੀਕ ਹੈ, ਪਰ ਜਦੋਂ ਤੁਸੀਂ ਬ੍ਰਹਮ ਦੀ ਗੱਲ ਕਰਦੇ ਕਰਦੇ ਅਚਨਚੇਤ ਖਾਣੇ ਵਾਲੇ ਪਾਸੇ ਆ ਜਾਂਦੇ ਹੋ, ਤਾਂ ਉਦੋਂ ਇਹ ਲੋਕ ਕੀ ਕਹਿਣਗੇ ਵੀ ਅਜੇ ਜੀਵ ਦੇ ਰਸ ਤੋਂ ਉੱਪਰ ਨਹੀਂ ਉੱਠੇ। ਸਵਾਮੀ ਰਾਮ ਕਿਸ਼ਨ ਜੀ ਨੇ ਗੰਭੀਰ ਹੋ ਕੇ ਗੱਲ ਕਹੀ, ਕਹਿਣ ਲੱਗੇ ਸ਼ਾਰਦਾ, ਮੇਰੇ ਤਨ ਦੀ ਵਾਸ਼ਨਾ ਕੋਈ ਨਹੀਂ ਰਹੀ, ਅਸਲੀਅਤ ਹੈ, ਕਿਤੇ ਕੋਈ ਵਾਸ਼ਨਾ ਦਾ ਅੰਸ ਨਹੀਂ, ਪ੍ਰਭੂ ਦੀ ਕਿਰਪਾ ਨਾਲ ਸਿਰਫ ਇੱਕ ਮੈਂ ਜੀਵ ਦੀ ਅੰਨ ਦੇ ਵਾਸ਼ਨਾ ਨੂੰ ਟਿਕਾ ਕੇ ਬੈਠਾ ਵਾਂ, ਇਸ ਕਰਕੇ ਕਿ ਚਾਰ ਦਿਨ ਜੀਣ ਲਈ, ਜਿਸ ਦਿਨ ਅਧਿਆਤਮਕ ਪੁਰਸ਼ ਦੀ ਹਰ ਤਰ੍ਹਾਂ ਦੀ ਵਾਸ਼ਨਾ ਖਤਮ ਹੋ ਜਾਏ, ਉਸ ਤੋਂ ਬਾਅਦ ਉਹ ਦੁਨੀਆਂ ਤੋਂ ਕੂਚ ਕਰਦਾ ਹੈ। ਉਹ ਸਿਰਫ ਟਿਕਾਈ ਇਸ ਕਰਕੇ ਮੈਂ ਜੀਣਾ ਚਾਹੁੰਦਾ, ਅੰਨ ਸਿਰਫ ਰਹਿਣ ਦਾ ਇੱਕ ਸਾਧਨ ਹੈ, ਪਰ ਇਸ ਨੂੰ ਇਹ ਮਤ ਸਮਝੋ, ਆਪਾਂ ਹੁਣ ਤਰਕਾਂਗੇ ਗੁਰੂ ਸਾਹਿਬ ਰਹੇ ਫਲਾਣੇ ਰਹੇ, ਇਹ ਗੱਲ ਚੇਤੇ ਰੱਖਿਓ, ਅਸਲ ਵਿੱਚ ਉਹ ਵਾਸ਼ਨਾ ਮਲੀਨ ਵਾਸ਼ਨਾ ਨਹੀਂ,
ਸਿਰਫ ਦੁਨੀਆ 'ਤੇ ਰਹਿਣ ਵਾਸਤੇ, ਟਿਕਣ ਵਾਸਤੇ, ਵਾਸ਼ਨਾ ਮੁਕਤ ਹੋਇਆ ਅੰਦਰ ਕਿੰਨੀ ਕੁ ਦੇਰ ਤੱਕ ਰਹਿ ਸਕੇਗਾ? ਮਲੀਨ ਵਾਸਤਾ ਨਾ ਸਮਝਿਓ। ਗੁਰੂ ਸਾਹਿਬ ਜੀ ਨੇ, ਦਸਮ ਪਿਤਾ ਜੀ ਨੇ ਖੜਕ ਚੁੱਕੀ, ਕਹਿਣ ਲੱਗੇ ਹੋਰ ਕੋਈ ਮੇਰੀ ਵਾਸ਼ਨਾ ਨਹੀਂ ਇਹ ਰਚਨਾ ਕਰਨ ਦੀ, ਸਿਰਫ ਧਰਮ ਦੁੱਧ ਕਹਿ ਚਾਹੇ, ਇੱਕ ਸਿਰਫ ਚਾਹ ਹੈ ਧਰਮ ਜੁੱਧ ਲਈ। ਕਹਿਣ ਲੱਗੇ ਸ਼ਾਰਦਾ, ਸਿਰਫ ਮੈਂ ਅੰਨ 'ਤੇ ਥੋੜ੍ਹਾ ਜਿਹਾ ਆਪਣਾ ਰੱਖਿਆ ਅੰਦਰ ਟਿਕਾ ਕੇ, ਬਾਕੀ ਕੋਈ ਮੈਨੂੰ ਖਿੱਚ ਨਹੀਂ। ਹਾਂ, ਇੱਕ ਗੱਲ ਮੈਂ ਤੈਨੂੰ ਹੋਰ ਦੱਸ ਦੇਵਾਂ, ਸ਼ਾਇਦ ਸਮਝੇ ਕਿ ਇਹ ਅੰਨ ਦੀ ਵਾਸ਼ਨਾ ਲੈ ਕੇ ਹੀ ਸੰਸਾਰ ਤੋਂ ਜਾਏਗਾ। ਕਹਿਣ ਲੱਗੇ ਜਿਸ ਦਿਨ ਮੈਂ ਅੰਨ ਛੱਡ ਦਿੱਤਾ, ਉਸ ਤੋਂ 3 ਦਿਨ ਬਾਅਦ ਮੇਰੀ ਮੌਤ ਹੋ ਜਾਏਗੀ, ਮੈਂ ਸਰੀਰ ਨੂੰ ਸੰਕੋਚ ਲਵਾਂਗਾ। ਹਕੀਕਤ ਹੈ ਕਿ ਰਾਮਕਿਸ਼ਨ ਪਰਮਹੰਸ ਆਪਣੇ ਚਲਾਣੇ ਤੋਂ 3 ਦਿਨ ਪਹਿਲਾਂ ਸ਼ਾਰਦਾ ਭੋਜਨ ਲੈ ਕੇ ਗਈ ਉਹਨਾਂ ਦੀ ਧਰਮ ਸੁਪਤਨੀ, ਆ ਕਿਉਂਕਿ ਅੱਜ ਰਸੋਈ 'ਚ ਨਹੀਂ ਆਏ, ਅੱਜ ਭੋਜਨ ਦੀ ਬਾਤ ਨਹੀਂ ਕੀਤੀ, ਭੋਜਨ ਲੈ ਕੇ ਗਈ ਅਤੇ ਆਪਣੀ ਉਸ ਸਮਾਧੀ 'ਚ ਸਥਿਤ ਨੇਤਰ ਖੁੱਲ੍ਹੇ ਅੰਦਰ ਜੁੜਿਆ। ਕਿਹਾ ਸਵਾਮੀ, ਅੱਜ ਭੋਜਨ ਨਹੀਂ ਲਓਗੇ? ਸਿਰਫ ਇੰਨੀ ਜ਼ਬਾਨ ਤੋਂ ਸ਼ਬਦ ਕਹਿ ਕਿਸ ਭੋਜਨ ਦੀ ਬਾਤ ਤੂੰ ਕਰ ਰਹੀ ਹੈ? ਥਾਲੀ ਪਰੋਸੀ, ਅੱਜ ਮੈਂ ਖਾਣੇ ਵਿੱਚ ਆਹ ਕੁਛ ਬਣਾਇਆ ਸਵਾਦਿਸ਼ਟ। ਕਹਿਣ ਲੱਗੇ ਕਿਹੜਾ ਸਵਾਦ ਦੁਨੀਆ ਦਾ ਹੈ, ਕਿਹੜਾ ਭੋਜਨ ਹੈ? ਠੀਕ 3 ਦਿਨ ਬਾਅਦ ਆਪਣੇ ਸਰੀਰਕ ਚੋਲੇ ਨੂੰ ਸੰਕੋਚ